ਉਹਨਾਂ ਨੂੰ ਮੂੰਹ ਚੱਕ ਕੇ ਹਾਂ ਕਰਤੀ ਤੂੰ, ਕਹਿੰਦਾ 50,000 ਰੁਪਇਆ ਘਰੇ ਪਿਆ, ਤੂੰ ਲੈ ਕੇ ਆ ਜਾ, ਨਾ ਮੇਰੀ ਗੱਲ ਸੁਣ ਵੇ, ਆ ਮੇਰੇ ਪੇਕਿਆਂ ਦੇ ਸਾਹਮਣੇ ਮੇਰੀ ਨੀਵੀਂ ਪਵਾਤੀ, ਮੇਰੀ ਭਰਜਾਈ ਐ ਮੁੜ ਕੇ ਗਈ ਐ ਵਿਚਾਰੀ ਘਰੋਂ। ਨਿਕਲਣ ਨਾਲੋਂ ਘੱਟ ਵੀ ਨਹੀਂ ਸੀ ਮੇਰਾ ਪੁੱਤ ਸੀ, ਮੈਂ ਚਾਹ ਫੜਾਈ 13-10 ਕੀ ਢਿੱਡ ਦੁਖਦਾ, ਬਾਈ ਤੇਰੇ ਤੜਕੀ ਨਿਕਲ ਜਾਣੀ ਹੈਗੀ ਘਰੋਂ। ਹੈ ਕੋਈ ਗੱਲ ਨਹੀਂ, ਚਾਹ ਵੀ ਨਹੀਂ ਫੜਾ ਕੇ ਗਈ ਜਵਾਕ ਨੂੰ, ਚਾਹ ਨਹੀਂ ਫੜਾਉਣ ਗਈ ਸੀ, ਤੂੰ ਲੂਤੀਆਂ ਲਾਉਣ ਗਈ ਸੀਗੀ। ਅਭੀ ਓਏ ਓਏ ਅਭੀ ਓਏ ਆ ਓਏ ਆ ਜਾ, ਹੁਣ ਮਹੀਨਾ ਲਾਤਾ ਯਾਰ। ਓਏ ਹਾਂ ਦੱਸ ਕੀ ਹੋ ਗਿਆ। ਓ ਕੀ ਹੋ ਗਿਆ ਤੈਨੂੰ, ਕਦੋਂ ਦਾ ਮੈਂ ਬਾਜਾ ਮਰੀ ਜਾਣਾ ਵੀ, ਤੂੰ ਆ ਕੇ ਗੱਲ ਤਾਂ ਸੁਣ ਲੈ। ਐਡੀ ਕੀ ਬੇਲਣੇ ਬਾਹ ਹੀ ਹੈ, ਤੂੰ ਕੋਲ ਆ ਜਾਣਾ ਮੇਰੇ। ਉਹ ਗੱਲ ਬੇਲਣੇ ਚ ਬਾਹ ਵਾਲੀ ਨੀ ਹੈਗੀ ਯਾਰ, ਮੈਂ ਘਰੇ ਗਿਆ ਸੀ ਤੁਹਾਡੇ, ਉਹ ਤਾਂ ਭਾਬੀ ਕਹਿੰਦੀ ਕਹਿੰਦੀ ਉਹਦਾ ਵੀ ਖੇਤ ਵਗ ਗਿਆ। ਉਹ ਮੈਂ ਤਾਂ ਪਤਾ ਲੈਣ ਗਿਆ ਸੀ ਮਾਮਾ ਕਿਵੇਂ ਆ ਹੁਣ। ਮਾਮਾ ਬਸ ਠੀਕ ਆ, ਉੱਥੇ ਦਾਖਲ ਕਰ ਰੱਖਿਆ ਹੈਗਾ ਹਸਪਤਾਲ ਚ। ਅੱਛਾ, ਦੇਖੋ ਕੀ ਬਣਦਾ। ਚੱਲ ਹਸਪਤਾਲ ਚ ਤਾਂ ਠੀਕ ਹੋ ਗਈ ਆਊਗਾ ਫਿਰ। ਹੋਰ ਬਸ, ਹੋਰ ਘਰੇ ਠੀਕ ਨੇ ਆਪਣੇ? ਉਹ ਬਸ ਠੀਕ ਆ ਯਾਰ, ਟਾਈਮ ਕੱਢੀ ਜਾਂਦਾ ਭਰਾਵਾ। ਹੋਰ ਮੈਨੂੰ ਵੀ ਬਾਹਲੇ ਦਿਨ ਲੱਗ ਗਏ ਯਾਰ ਉੱਥੇ। ਓਏ ਹੋਰ ਦਿਨ ਤਾਂ ਫਿਰ ਤੈਨੂੰ ਪਤਾ ਗਿਆ ਬੰਦੇ ਨੂੰ ਟਾਈਮ ਤਾਂ ਲੱਗ ਹੀ ਜਾਂਦਾ। ਇਹ ਦੀਗਾ ਇਹ ਬਾਥੂ ਜਾ ਹੋ ਗਿਆ ਯਾਰ ਇਹ ਚ। ਹਾਂ ਸਰੋਂ ਜੀ ਚ। ਹਾਂ ਮੈਂ ਆਇਆ ਤਾਂ ਉਂ ਤੀ ਗੇੜਾ ਮਾਰਨ, ਮਹਾ ਚੱਲ ਟੱਕ ਚਾ ਟੱਕ ਮਾਰੀ ਦਿੰਦੇ ਆ। ਹਾਂ ਬਾ ਫਿਰ ਮੈਂ ਉਰੇ ਲੱਗ ਗਿਆ, ਮਹਾ ਚੱਲ ਕੀ ਟਾਈਮ ਪਾਸ ਹੋ ਜੂਗਾ। ਉਹ ਖੜ ਬਾਥੂ ਜਾ ਹੋਊਗਾ, ਬਾਥੂ ਦਾ ਕੰਜਰ ਦਾ ਸਾਗ ਚ ਪੈਣਾ ਹੁੰਦਾ। ਓਏ ਹੈਗਾ ਇਹਦੇ ਵਿੱਚ ਰਲਮਾ ਜਾ, ਪਤਾ ਨਹੀਂ ਵਿਗੜ ਬੀਜ ਆ ਕਿੱਧਰੋਂ। ਆਹੋ ਖੜ ਬਾਥੂ ਹੁੰਦਾ ਉਹ। ਮੈਂ ਇਹ ਕਹਿੰਦਾ ਸੀਗਾ ਬਾਲੇ ਕੱਢ ਲਏ ਆਪਾਂ ਨੇ ਹੁਣ ਉਰਲੇ ਪਰਲੇ ਕੰਮ। ਉਹ ਕਾਹਦੇ ਕੱਢ ਲਏ ਯਾਰ, ਅੱਜ ਤੇਰੀ ਭਾਬੀ ਨੇ ਸਿਆਪਾ ਪਤਾ ਯਾਰ ਤੜਕੀ। ਕੀ ਗੱਲ ਹੋ ਗਈ? ਉਹ ਯਾਰ ਚੱਕ ਕੇ ਲਫਾਫਾ ਉਹ ਪਿੰਡ 'ਚ ਸੂਟ ਸਾੜ ਜੇ ਸਿਆਉਣ ਵਗ ਗਈ, ਉਹ ਬਾਪੂ ਨੇ ਕਿਤੇ ਦੇਖ ਲਈ ਇਕੱਲੀ ਤੁਰੀ ਜਾਂਦੀ। ਉਹਨੇ ਬੀਬੀ ਨੂੰ ਕਹਿਤਾ ਬੀਬੀ ਘਰੇ ਆ ਗਈ। ਮੈਂ ਜਦੋਂ ਉਹ ਘਰੇ ਆਈ ਉਹਨੂੰ ਕਿਹਾ ਮਹਾਂ ਤੂੰ ਇਕੱਲੀ ਤੁਰ ਗਈ, ਤੇ ਵਾਹਵਾ ਬੋਲਣ ਜੇ ਲੱਗ ਗਈ, ਫਿਰ ਮੈਥੋਂ ਸਤਰੌਲ ਜੀ ਹੋ ਗਈ ਮੜੀ ਜੀ ਉਹਦੀ। ਚੱਲ ਐਂ ਤਾਂ ਫਿਰ ਹੁਣ ਮੀਆਂ ਬੀਬੀ ਦੀ ਚੱਲਦੀ ਰਹਿੰਦੀ ਆ, ਇਹ ਕਿਹੜਾ ਕੋਈ ਨਵੀਂ ਗੱਲ ਆ ਯਾਰ ਤੁਹਾਡੇ ਵਾਲੀ। ਮੈਂ ਐਂ ਕਹਿੰਦਾ ਸੀਗਾ ਹਾਂ ਤੇ ਆਪਣੇ ਵਾਲਾਂ ਨਾਲ ਹੈਗੀ ਤੇਰੀ ਹੁਣ ਵਧੀਆ? ਓਏ ਬਸ ਮਾੜੀ ਮੋਟੀ ਜੀ ਆ, ਆ ਬੀਬੀ ਆ ਜਾਂਦੀ ਆ, ਚਾਰ ਗੱਲਾਂ ਕਰ ਜਾਂਦੀ ਆ, ਬਸ ਹੋਰ ਤਾਂ ਕੋਈ ਆਉਂਦਾ ਜਾਂਦਾ ਹੈ ਨਹੀਂ। ਮਾੜੀ ਮੋਟੀ ਨਹੀਂ, ਹੁਣ ਤੂੰ ਉਹਨਾਂ ਨਾਲ ਵਧੀਆ ਬਣਾ ਲਾ। ਠੀਕ ਆ, ਹੁਣ ਬਹੁਤ ਕੰਮ ਕੱਢ ਲਿਆ ਆਪਣੇ ਉਰਲੇ ਪਰਲੇ, ਜਿਹੜਾ ਕੰਮ ਆਪਣਾ ਮੇਨ ਸੀਗਾ ਉਹ ਕਰ ਲਈਏ ਹੁਣ ਆਪਾਂ। ਓਏ ਹੋਰ ਆ, ਇੱਕ ਤੂੰ ਤਾਂ ਉਧਰ ਮਾਮੇ ਕੰਨੀ ਵਗ ਗਿਆ, ਆ ਮੈਂ ਹੋਰ ਪਾਸੇ ਉਲਝ ਗਿਆ ਭਰਾਵਾ, ਆ ਪੰਗੇ ਹੀ ਹੋਇਆ ਪਿਆ ਯਾਰ। ਚੱਲ ਕੋਈ ਨਾ, ਮੈਂ ਇਹ ਵੀ ਚਲੋ ਆਪਣੇ ਵਾਸਤੇ ਵਧੀਆ ਹੀ ਆ, ਹੁਣ ਮੇਰੀ ਬੀਬੀ ਗਈ ਹੋਈ ਆ ਉੱਥੇ ਮਾਮੇ ਕੋਲੇ। ਠੀਕ ਆ, ਤੇ ਜਵਾਕ ਨਾਲ ਕਿਵੇਂ ਆ ਤੇਰੀ, ਪਿਆਰ ਪੂਰ ਵਧਾਇਆ ਕਿ ਨਹੀਂ ਉਹਦੇ ਨਾਲ? ਤਾਂ ਲੈ ਉਹ ਜਵਾਕ ਤਾਂ ਮੇਰੇ ਕੋਲੇ ਉਹਦੀ ਆ ਜਾਂਦਾ ਭੱਜ ਕੇ, ਯੋ ਆ ਗਿਆ ਵੱਡੇ ਪਾਪਾ ਤਾਇਆ ਆ ਗਿਆ। ਅੱਛਾ ਹੋਰ, ਚੱਲ ਉਹ ਤਾਂ ਫਿਰ ਚੰਗੀ ਗੱਲ ਆ, ਫਿਰ ਹੁਣ ਆਪਾਂ ਕਰ ਦਈਏ ਕੰਮ ਆਪਣੇ ਵਾਲਾ। ਹਾਂ ਕੰਮ ਦਾ ਕਰਨਾ ਬਣਦਾ ਹੈ, ਹੁਣ ਤਾਂ ਬੜਾ ਟਾਈਮ ਹੋ ਗਿਆ। ਟਾਈਮ ਹੋ ਗਿਆ ਯਾਰ, ਮੈਂ ਨਾ ਤੁਸੀਂ ਤੂੰ ਯਕੀਨ ਮੰਨੀ ਕਰਮਿਆ, ਉੱਥੇ ਸਾਲਾ ਮੇਰਾ ਜੀ ਨਹੀਂ ਲੱਗਿਆ ਹੈਗਾ, ਮੇਰੇ ਤਾਂ ਇੱਕੋ ਗੱਲ ਘੁੰਮੀ ਗਈ ਆ ਦਿਮਾਗ 'ਚ, ਮਹਾਂ ਯਾਰ ਕਰਮਾ ਕੀ ਸੋਚੂਗਾ ਮੇਰੇ ਬਾਰੇ, ਵੀ ਆਪ ਸਾਲਾ ਟਲ ਗਿਆ ਉੱਥੇ। ਓਏ ਹੋਰ, ਮੈਂ ਇੱਕ ਦਿਨ ਗਾਲਾਂ ਦੇਈ ਜਾਂਦਾ ਸੀ ਤੈਨੂੰ, ਮਹਾਂ ਕੰਜਰ ਦਾ ਮੈਨੂੰ ਹੋਰ ਕੰਮ ਲਾ ਕੇ ਆਪ ਉੱਥੇ ਵਗ ਗਿਆ, ਨਾ ਮੁੜ ਕੇ ਆਇਆ ਨਾ ਕਰਿਆ। ਮਜਬੂਰੀਆਂ ਹੋ ਜਾਂਦੀਆਂ ਨੇ ਕਰਮੇ, ਆਪਣਾ ਕਿਹੜਾ ਕੋਈ ਜੀ ਕਰਦਾ ਘਰ ਛੱਡ ਕੇ ਕਿਤੇ ਰਿਸ਼ਤੇਦਾਰੀ 'ਚ ਬੈਠਣ ਨੂੰ ਕਿ ਨਹੀਂ। ਹੋਰ ਉਹੀ ਗੱਲ ਆ ਯਾਰ, ਫਿਰ ਮੈਂ ਕਹਿੰਦਾ ਤੀ ਹਾਂ ਵੀ ਤੂੰ ਹੁਣ ਮਾਰ ਗੇੜਾ ਉਹਨਾਂ ਦੇ ਘਰੇ, ਹੈਂ ਗੇੜਾ ਗੂੜਾ ਮਾਰ, ਤੇ ਹੁਣ ਫਰਕ ਨਾ ਪਾਈ ਤੂੰ ਉਹਨਾਂ 'ਚ, ਪਿਆਰ ਜਿਹਾ ਬਣਾ ਲਾ ਸਾਰਿਆਂ ਨਾਲ ਹੀ ਬਣਾ ਲਾ। ਉਹ ਪਿਆਰ ਤਾਂ ਸਾਰਿਆਂ ਨਾਲ ਹੀ ਬਣਾਵਾਂਗੇ, ਕੋਈ ਗੱਲ ਨੀ, ਮੈਂ ਤਾਂ ਚਾਰ ਛਿੱਤਰੇ ਦੇ ਵੱਧ ਮਾਰ ਦੂੰ,
ਹੈਂ ਜਦੋਂ ਇਹਨਾਂ ਨੂੰ ਮੈਂ ਬੋਲੂਗਾ ਇਹਨੂੰ ਬੋਲੂ ਆਪਦੇ ਘਰ ਵਾਲੀ ਨੂੰ ਨਾ ਸਾਹਮਣੇ ਉਹਨਾਂ ਨੂੰ ਐ ਹੋ ਜੂਗਾ ਵੀ ਚੱਲ ਭਾਈ ਸਾਡੀ ਸੁਣਦਾ ਹੈ। ਹਾਂ ਅਸਲ ਮੈਂ ਹੁਣ ਮੌਕਾ ਕੀ ਆ ਵੀ ਹੁਣ ਉਹ ਵੀ ਗੱਲ ਭੁੱਲੇ ਜੇ ਹੋਏ ਨੇ ਜਵਾਕ ਵਾਲੀ ਮੈਨੂੰ ਯਾਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਯਾਰ ਆਪਾਂ ਹੁਣ ਇਦੋਂ ਬਾਅਦ ਕੀ ਕਰੀਏ ਫਿਰ ਕੋਈ ਗੱਲ ਅੱਗੇ ਤਾਂ ਰਾਹ ਤਾਂ ਪਾ ਹੁਣ ਤੂੰ ਤਾਂ ਆ ਗੱਲ ਜੀ ਕਹਿਤੀ ਵੀ ਜਵਾਕ ਨੂੰ ਚਾਟ ਤੇ ਲਾਓ ਤਾਂ ਬਥੇਰਾ ਉਹਨੂੰ ਲੇਜ ਕੁਰਕਰੇ ਖਵਾ ਖਵਾ ਕੇ ਤੈਨੂੰ ਪਤਾ ਐ ਭੜੋਲੇ ਵਰਗਾ ਕਰ ਲਿਆ ਯਾਰ ਬੌਲਿਆ ਤੂੰ ਗੱਲ ਸਮਝਦਾ ਨੀ ਹੁੰਦਾ ਜਿੱਥੇ ਮੈਂ ਚੱਲਦਾ ਹੁਣ ਉਹਨਾਂ ਦੇ ਮਨ ਦੇ ਵਿੱਚ ਇਹ ਨੀ ਹੈਗਾ ਵੀ ਕੱਲ ਕਲਾ ਨੂੰ ਜਿਹੜਾ ਆਪਾਂ ਕੰਮ ਕਰਾਂਗੇ ਉਹਨਾਂ ਦਾ ਸ਼ੱਕ ਆਪਣੇ ਤੇ ਨਾ ਆਵੇ ਵੀ ਕਰਮਾ ਇਹ ਕੰਮ ਕਰ ਗਿਆ ਨਹੀਂ ਸ਼ੱਕ ਤਾਂ ਨੀ ਆਉਂਦਾ ਹੁਣ ਹਾਂ ਹੁਣ ਤੂੰ ਉਹਨਾਂ ਦੇ ਨਾਲ ਵਧੀਆ ਬਣਾ ਲਾ ਉਹਨਾਂ ਨਾਲ ਤਾਂ ਸਾਰੀ ਵਧੀਆ ਦੇਖ ਲੈ ਪਹਿਲਾਂ ਮੇਰੀ ਬੀਬੀ ਕਹਿੰਦੀ ਹੁੰਦੀ ਸੀ ਵੀ ਭਾਈ ਸਾਡੇ ਘਰੇ ਨਾ ਬੜੀ ਓਏ ਹੁਣ ਤਾਂ ਮੈਂ ਉਧਰੋਂ ਜਾ ਕੇ ਜਵਾਕ ਨੂੰ ਚੱਕ ਵੀ ਲਿਆਉਣਾ ਇੱਧਰ ਵੀ ਆ ਜਾਂਦਾ ਆਪਣੇ ਘਰੇ ਉਹ ਖੇਡੀ ਜਾਂਦਾ ਰਹਿੰਦਾ ਸਾਰਾ ਦਿਨ ਇਹ ਹੋ ਗਿਆ ਕੰਮ ਹੋਰ ਬਸ ਫੇਰ ਠੀਕ ਆ ਜਮਾ ਹੁਣ ਕੰਮ ਆਪਣਾ ਸਿਰੇ ਤੇ ਲੱਗਿਆ ਹੋਈ ਆ ਸੋਈ ਹੁਣ ਤੂੰ ਜਿਹੜਾ ਅੱਗੇ ਦਾ ਪਲਾਨ ਆ ਉਹ ਮੈਂ ਤੈਨੂੰ ਹੁਣ ਦੱਸਦਾ ਵਾ ਠੀਕ ਆ ਮੇਰੇ ਨਾਲ ਸੰਪਰਕ ਚ ਰਹੀ ਆਪਾਂ ਕੰਮ ਇੱਕ ਅੱਧੇ ਦਿਨ ਚ ਕਰ ਦਈਏ ਬਸ ਹਾਂ ਲੈ ਹੋਰ ਹੁਣ ਕੀ ਨਹੀਂ ਬਾਹਲਾ ਲੇਟ ਹੋ ਗਿਆ ਕੰਮ ਕਚੀਚੀ ਚੜਦੀ ਆ ਕਰਮੇ ਦੇਖ ਕੇ ਤੈਨੂੰ ਤਾਂ ਕਚੀਚੀ ਚੜਦੀ ਇੱਥੇ ਮੈਨੂੰ ਪਤਾ ਨੀ ਕੀ ਕੋਈ ਚੜਦਾ ਮੇਰਾ ਤਾਂ ਇਹੋ ਜਿਹੀ ਕਰਦਾ ਮੇਰੇ ਸਾਲਿਆਂ ਨੂੰ ਸੁੱਤੇ ਪਿਆਂ ਨੂੰ ਮਾਰਦੇ ਆ ਇਹਨਾਂ ਨੂੰ ਬਸ ਹੁਣ ਇਹ ਕੰਮ ਕਰਨ ਦਾ ਟਾਈਮ ਆ ਸਾਨੂੰ ਪਹਿਲਾਂ ਹੀ ਤੁਰਨਾ ਪੈਂਦਾ ਟਾਈਮ ਚੇਂਜ ਹੋ ਗਿਆ ਬੈਨ ਕਹਿੰਦਾ ਪੰਜ ਚਾਰ ਮਿੰਟ ਪਹਿਲਾਂ ਹੀ ਆ ਸਕਦੇ ਪਹਿਲਾਂ ਲੈ ਕੇ ਖੜ ਜਾ ਕਰੋ ਆਹੋ ਫਿਰ ਜਿਹੜਾ ਸਮਾਂ ਹੁਣ ਉਹਨਾਂ ਨੇ ਦਿੱਤਾ ਜੇ ਉਹਨਾਂ ਨੇ ਐਂ ਕਿਹਾ ਵੀ 9:20 ਤੇ ਤਾਂ 9:10 ਤੇ ਤੋਰ ਦਿਆ ਕਰ ਹਾਂ ਪਹਿਲਾਂ ਤਿਆਰ ਕਰ ਦਿਆ ਕਰ 10 ਮਿੰਟ ਕਰ ਦਿਆ ਕਰੂੰਗੀ ਅੱਜ ਤਾਂ ਜਮੀ ਟਾਈਮ ਤੇ ਗਈ ਮੈਂ ਉਧਰੋਂ ਬੈਨ ਆ ਗਈ ਫੇਰ ਲੈ ਕੋਈ ਨਹੀਂ ਅੱਗੇ ਤੋਂ ਪਹਿਲਾਂ ਕਰ ਦਿਆ ਮੇਰੀ ਗੱਲ ਸੁਣ ਲੈ ਵੀ ਚੱਕ ਲਿਆ ਸਬਜ਼ੀ ਬਣਾ ਲਈਏ ਫਿਰ ਜਾਂ ਲਿਆ ਇੱਥੋਂ ਵੋਟੀ ਚ ਪਈ ਹੋਊਗੀ ਲਿਆ ਮੈਂ ਛਿੱਲ ਦਿੰਦੀ ਆਗੀ ਪਕਾ ਲਓ ਰੋਟੀ ਟਾਈਮ ਨਾਲ ਵੀਰ ਕੋਈ ਨੀ ਬਸ ਮੈਂ ਪਕਾਉਣੇ ਆ ਰੋਟੀ ਤਾਂ ਲਿਆ ਕੁੜੇ ਕਰਦ ਮੈਨੂੰ ਫੜਾ ਦੇ ਤੇ ਬਾਪੂ ਬਾਪੂ ਇੱਧਰ ਹੀ ਟੱਪ ਗਿਆ ਮੈਂ ਲੱਗਦਾ ਬਾਹਰ ਨੂੰ ਉਹ ਪਤਾ ਨੀ ਕਿੱਧਰ ਨੂੰ ਵੱਗ ਗਿਆ ਮੈਨੂੰ ਕਿਹੜਾ ਦੱਸ ਕੇ ਗਿਆ ਬਾਪੂ ਬਾਪੂ ਦੇ ਹਾਲ ਦੇਖ ਲੈ ਦੇਖ ਕੁੜੇ ਮੈਂ ਕੀ ਕਰਾਂ ਕੁੜੇ ਇਹਨਾਂ ਦਾ ਦੇਖੀ ਚਾਬੀਆਂ ਪਾਨੇ ਜੈ ਵੱਡਿਆ ਨੇ ਆਹੀ ਵਰਕਸ਼ਾਪ ਬਣਾ ਰੱਖੇ ਵੀ ਅੱਗ ਲਾ ਦਿਆ ਕਰੋ ਗਾਲ ਦਿਆ ਕਰੋ ਉਧਰ ਤਾਂ ਧਰ ਦਿਆ ਕਰੋ ਜਿਹੜੀ ਚੀਜ਼ ਜਿੱਥੇ ਧਰਤੀ ਉੱਥੀ ਇਹ ਤਾਂ ਬਾਪੂ ਨੂੰ ਤਾਂ ਵਾਲੀ ਗੰਦੀ ਆਦਤ ਹੈ ਵਾਲੀ ਹੈ ਭਾਈ ਜਿੱਥੋਂ ਕੋਈ ਚੀਜ਼ ਚੱਕਦਾ ਗਾ ਮਜ਼ਾਲ ਆ ਮੁੜ ਕੇ ਉੱਤੇ ਧਰਦੇ ਫਿਰ ਜੇ ਅਸੀਂ ਕਹਿਣੇ ਆਗੇ ਫਿਰ ਐਂ ਲੱਗਦਾ ਵੀ ਧਰਦੇ ਪੁੱਤ ਖਲਾਰਾ ਬਾਲਾ ਪਾ ਕੇ ਰੱਖਦੇ ਹੋ ਤਾਂ ਹੀ ਤਾਂ ਆਪਣੇ ਘਰੇ ਇੰਨਾ ਗੰਦ ਪੈਂਦਾ ਗਾ ਐ ਨੀ ਪਤਾ ਹੈਗਾ ਅਗਲੇ ਨੂੰ ਵੀ ਭਾਈ ਤੁਸੀਂ ਇੱਥੇ ਸਾਡੇ ਘਰੇ ਇਹੋ ਜਿਹੇ ਬੰਦੇ ਆਉਗੇ ਵੀ ਚੀਜ਼ ਨੂੰ ਕੋਈ ਥਾਂ ਟਿਕਾਣਾ ਰੱਖਦੀ ਨੀ ਹੈਗੇ ਸਾਰੇ ਜਵਾਕਾਂ ਵਰਗੇ ਨੇ ਹੋਰ ਸਮਾਰਨਾ ਤਾਂ ਇੱਕ ਹੈ ਬਗਿਆੜਨ ਵਾਲੇ ਚਾਰ ਹੋ ਰਹੇ ਨੇ ਕੀ ਕਰੇ ਅਗਲਾ ਕੰਘਾ ਸੀਸਾ ਲੈ ਇੱਥੇ ਧਰਨਗੇ ਕੰਧੋਲੀ ਤੇ ਲਿਆ ਕੇ ਪੁੱਤੇ ਦਾ ਰੋਟੀ ਪਕਾਉਣ ਵਾਲਾ ਥਾਂ ਹੈ ਕਿ ਇਹ ਸਿਰ ਵਾਹੁਣ ਵਾਲਾ ਹੈਗਾ ਬਸ ਕੋਈ ਹੈ ਹੀ ਨੀ 40 ਸੀਸੇ ਲੱਗੇ ਨੇ ਆਪਣੇ ਘਰੇ ਜੇ ਤਾਂ ਕੋਈ ਨਾ ਹੋਵੇ ਮੈਂ ਤਾਂ ਮੰਨਿਆ ਇੱਥੇ ਘੁਸੜੇ ਰਹਿਣਗੇ ਖੜਨਾ ਇੱਥੇ ਹੈ ਚੱਲ ਛੱਡ ਕੋਲੇ ਲਿਆ ਫੜਾ ਮੈਨੂੰ ਕਰਦ ਫੜਾ ਦੇ ਲਿਆ ਮੈਂ ਆਲੂ ਛਿੱਲ ਲਾ
ਇਹ ਤਾਂ ਆਪ ਪਾਂਚੇ ਮਾਰਦੀ, ਇਹ ਤੁਰੀ ਫਿਰਦੀ ਨਾ, ਇਹ ਉਹ ਕਰਦੀ, ਇਹ ਤਾਂ ਵੀ ਨੀ ਕੁਛ ਨਿਬੜਦਾ ਹੈਗਾ। ਇੱਕ ਚੀਜ਼ ਮੰਗਾਓ, ਜਿਹੜੀ ਮੰਗਾ ਲਓ ਉਹੀ ਲਿਆ ਕੇ ਦੂ ਕੱਲੀ। ਹੋਰ ਭੜੀਏ ਚਿੱਤ ਖਿੱਜਾ ਮੈਂ ਕਦੇ ਕਦੇ, ਮੇਰਾ ਵੀ ਲਿਆ ਫੜਾ। ਪਿਆਜ਼ ਕਿੱਥੇ ਪਏ ਆਪਣੇ? ਉਧਰੋਂ ਬੈਠਕ ਚੋਂ ਚੱਕ ਲੈ, ਲਿਆ ਉਧਰ। ਕਿਹੜਾ ਘਰੇ ਰਹਿਣੀ ਆ, ਹੋਰ ਸੁਰਤ ਨੀ ਕਰਦੀਆਂ, ਇੱਕ ਤਾਂ ਭੜੀਏ ਕੀ ਕਰੇ। ਹੁਣ ਫਿਰ ਕੀ ਕਰਦਾ ਆਪਣਾ ਕੌਂਡਾ ਰੈਡੀ? ਕੁਛ ਨੀ ਕਰਦਾ, ਬੈਠਾ ਹੈ, ਦਵਾਈ ਲਿਆਉਣ ਵਾਲੀ ਹੈ ਮੇਰੀ ਤਾਂ। ਮੇਰੀ ਗੱਲ ਸੁਣ ਲੈ, ਜਦੋਂ ਕੋਈ ਗਾਂ ਹੁੰਦੀ ਆ ਨਾ, ਉਹਦੀ ਮਿੱਠੇ ਪੋਚੇ ਮਾਰਦਾ ਹੁੰਦਾ, ਦੱਸ ਅੱਜ ਕਾਹਦੀ ਗਾਂ ਆ। ਵੀ ਕਮਾਲ ਦੀ ਗੱਲ ਆ, ਤੂੰ ਐਂ ਦੇਖ ਲੈ, ਜਦੋਂ ਵੀ ਕੋਈ ਗੱਲ ਦਿਲ ਚ ਹੁੰਦੀ ਆ ਨਾ ਮੇਰੇ, ਤੂੰ ਬੁੱਝ ਹੀ ਲੈਂਦੀ ਆ। ਮਾਂ ਤਾਂ ਬਥੇਰਾ ਬੁੱਝ ਲੈਂਦੀ ਹੈ, ਪਰ ਪੁੱਤ ਦੀਆਂ ਨੀ ਬੁੱਝਦੇ ਵੀ ਮਾਂ ਨੂੰ ਕਿਹੜੀ ਚੀਜ਼ ਦੀ ਲੋੜ ਹੈ। ਉਹ ਚੱਲ ਬੀਬੀ, ਊਂ ਕਿਹੜਾ ਤੈਨੂੰ ਕੋਈ ਚੀਜ਼ ਦਾ ਘਾਟਾ ਹੈ? ਭੱਜਿਆ ਕੋਈ ਗੱਲ ਤਾਂ ਤੂੰ ਐਂ ਦੱਸ, ਜਿਹੜੀ ਚੀਜ਼ ਤੈਨੂੰ ਚਾਹੀਦੀ ਹੁੰਦੀ ਆ, ਦੇਖ ਲੈ ਤੂੰ, ਬੋਲ ਤੇਰਾ ਥੱਲੇ ਨੀ ਡਿੱਗਣ ਦਿੰਦੇ, ਤੈਨੂੰ ਹਾਜ਼ਰ ਹੋ ਜਾਂਦੀ। ਹਾਂ ਚੱਲ ਠੀਕ ਹੈ। ਹਾਂ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨੀ ਸੀ, ਅਸੀਂ ਤੇ ਚੱਲੂ ਤਾਂ ਤੂੰ ਬੁੱਝ ਤਾਂ ਲੈਣੀ ਆ ਵੀ ਕੋਈ ਗੱਲ ਕਰਨ ਆਇਆ ਹੋਊਗਾ। ਗੱਲ ਐਂ ਸੀ, ਉਹ ਆਪਣੇ ਮੋਟਰ ਦੇ ਪਿਛਲੇ ਪਾਸੇ ਕਿੱਲਾ ਬਾਹਣ ਦਾ ਜਿਹੜਾ ਉਹਨਾਂ ਦਾ ਆਪਣੇ ਅੰਦਰਲੇ ਘਰ ਵਾਲਿਆਂ ਦਾ, ਜਿਹੜਾ ਆਪਣੀ ਮੋਟਰ ਤਰਮਾਉਂਦੇ ਨੇ ਉਹ। ਹਾਂ ਉਹ ਬਾਹਣ ਉਹਨਾਂ ਨੇ ਕੁੜੀ ਬਾਹਰ ਭੇਜਣੀ, ਉਹ ਵੇਚਦੇ ਨੇ। ਵੇਚਦੇ ਨੇ? ਹਾਂ ਉਹਨਾਂ ਨੇ ਹਜੇ ਕਿਸੇ ਕੋਲ ਗੱਲ ਨੀ ਕਰੀ, ਮੈਂ ਉੱਥੇ ਖੇਤ ਖੜਾ ਤੀ, ਮੇਰੇ ਲਵੇ ਗੱਲ ਕਰਦੇ ਸੀਗੇ। ਅੱਛਾ ਹਾਂ, ਤੇਰੀ ਕੀ ਸਲਾਹ ਹੈ? ਸਲਾਹ ਤਾਂ ਹੁਣ ਮੇਰੀ ਗੱਲ ਸੁਣ ਬੇਬੇ, ਬੱਟ ਦੇ ਨਾਲ ਬੱਟ ਬਾਹਣ ਮਿਲਦਾ ਹੋਵੇ, ਸਲਾਹ ਕੀ ਹੁੰਦੀ? ਅਗਲਾ ਛੱਡੂਗਾ ਬਾਹਣ ਨੂੰ? ਬੇਬੇ ਮੈਨੂੰ ਐਂ ਦੱਸ, ਹੈ ਇੰਨੇ ਪੈਸੇ ਵੀ ਉਹ ਵੀ ਬਹੁਤ ਔਖੇ ਨੇ, ਕਿੱਥੋਂ ਇਕੱਠੇ ਕਰਾਂ? ਹੁਣ ਉਹੀ ਗੱਲ ਮੈਂ ਸੋਚੀ ਜਾਂਦਾ ਸੀਗਾ, ਮਹਾਂ ਵੀ ਉੱਥੇ ਕੋਈ ਹੋਰ ਨਾ ਉਹਨੂੰ ਲੈ ਲੈ, ਕਿਤੇ ਕੋਈ ਅੱਕ ਲੱਗ ਜੇ, ਹੈ ਸਿਆਪਾ ਛਿੜੂਗਾ ਉੱਥੇ ਬੱਟਾਂ ਦਾ, ਬੱਟ ਲਊਗਾ ਬਾਈ, ਪੈਸਿਆਂ ਦੀ ਖੀਰ ਹੈ, ਆਪਾਂ ਨੇ ਲੈਣੀ ਕਿ ਦੂਜੇ ਨੇ ਲੈਣੀ, ਪੈਸੇ ਲਾਉਣੇ ਨੇ। ਫਿਰ ਮੈਨੂੰ ਉਹ ਐਂ ਕਹਿੰਦੇ ਸੀਗੇ ਬਾਹਣ ਵੀ ਉਹ ਸਸਤਾ ਬਣ ਜੂਗਾ, ਮੈਨੂੰ ਕਹਿੰਦੇ ਪਏ ਸੀ ਤੈਨੂੰ ਬਾਹਣ ਦੇ ਕੇ ਖੁਸ਼ ਆ, ਪਹਿਲ ਤੇਰੀ ਆ। ਅੱਛਾ ਹਾਂ, ਉਹ ਊਂ ਤਾਂ ਦੇਖ ਆਪਣੇ ਬਾਹਣ ਦਾ ਰੇਟ ਚੱਲਦਾ 25-26 ਲੱਖ ਰੁਪਈਆ, ਹੈ ਉਹ ਕਹਿੰਦੇ 18 ਲੱਖ ਨੂੰ ਦੇ ਦਾਂਗੇ ਤੈਨੂੰ। 18 ਲੱਖ ਨੂੰ? ਉੱਥੇ ਗਾਹਕ ਵੀ ਹੈ ਨੀਗਾ ਕੋਈ ਹੋਰ, 18 ਲੱਖ ਨੂੰ ਬਣਦਾ ਆਪਣੇ ਬੱਟ ਨਾ ਬੱਟ, ਆਪਾਂ ਨੂੰ ਕੀ ਮਾੜਾ? ਚੱਲ ਦੇਖ ਲੈ ਭਾਈ, ਜੇ ਕੋਈ ਖੱਬਾ ਸੱਜਾ ਬਣ ਗਿਆ, ਮੈਂ ਤਾਂ ਭਾਈ ਮਹਾ ਕਚੀਚੀ ਜੀ ਕਰਕੇ ਮਹਾ ਕੁਛ ਨੀ ਹੁੰਦਾ, ਲੈ ਲੈਨੇ ਆ 1.5 ਲੱਖ ਰੁਪਇਆ ਆਪਣਾ ਆੜਤੀ ਚੁੱਪਿਆ। ਹਾਂ ਪਹਿਲਾਂ ਨੂੰ ਬਿਆਨਾ ਕਰ ਦਿੰਨੇ ਆ, 1.5 ਲੱਖ ਰੁਪਇਆ ਦੇ ਕੇ ਨਾ ਅਗਲੇ ਨੂੰ ਖੜਾ ਲਓ। ਹਾਂ ਇਹਨੇ ਖੜਜੂਗਾ, ਖੜਜੂਗਾ। ਫਿਰ ਮੈਂ ਕਹਿੰਦਾ ਸੀ ਮਹਾ ਆਪਾਂ ਕੁਛ ਲੋਨ ਲੂਨ ਕਰਾ ਲੈਨੇ ਆ, ਲਿਮਟ ਲੂਮ ਤਾਂ ਦੇਖ ਲਾਂਗੇ ਆਪਣੇ ਬਾਹਣ ਤੇ। ਦੇਖ ਭਾਈ ਮੇਰੀ ਗੱਲ ਸੁਣ ਲੈ, ਜੇ ਲੋਨ ਲੂਨ ਬਣਦਾ ਤਾਂ ਲੈ ਲੈ, ਪਰ 18 ਲੱਖ ਰੁਪਇਆ ਤੈਨੂੰ ਪਤਾ ਹੈ ਇਕੱਠਾ ਕਰਨਾ ਵੀ ਔਖਾ ਲੱਗਦਾ। ਔਖਾ ਤਾਂ ਹੈਗਾ ਵੀ ਚੱਲ ਕੁਛ ਨਾ ਕੁਛ ਜੇ ਘਟੇ ਲੋਨ ਚੋਂ, ਆਪਾਂ ਕਿਸੇ ਰਿਸ਼ਤੇਦਾਰ ਤੋਂ ਫੜ ਲਗਣੀ, ਮੈਂ ਮੇਰੇ ਮਾਮੇ ਵਰਗੇ ਨੂੰ ਪੁੱਛ ਲੂੰਗਾ। ਮੈਂ ਮੇਰੀ ਗੱਲ ਸੁਣ ਲੈ, ਇੱਕ ਭਾਵੇਂ ਵਿਆਜ ਤੇ ਲੈ ਲੈ, ਭਾਵੇਂ 2 ਰੁਪਏ ਸੈਂਕੜੇ ਤੇ ਲੈ ਲੈ, ਪਰ ਰਿਸ਼ਤੇਦਾਰ ਤੋਂ ਪੈਸਾ ਨਾ ਮੰਗੀ। ਹਾਂ ਰਿਸ਼ਤੇਦਾਰਾਂ ਪੂਰੇ ਨੀਵਾ ਹੋਣਾ ਤੇ ਕਨੌਡੇ ਹੋਣਾ ਬਹੁਤ ਔਖਾ ਹੈ। ਕੁਛ ਨਹੀਂ ਹੁੰਦਾ ਕਚੀਚੀ ਜੀ, ਵੱਟ ਕੇ ਆਪਦਾ ਲੈ ਲਓ, ਵਿਆਜ ਦੇਣਾ ਬਹੁਤ ਔਖਾ। ਵਿਆਜ ਦੇ ਦੂੰ ਮੈਂ ਤਾਂ, ਪਰ ਮੈਥੋਂ ਆਦੀ ਆਕੜ ਥੱਲੇ ਨਹੀਂ ਡਿੱਗਦੀ। ਨਾ ਆਪਾਂ ਨੇ ਰਿਸ਼ਤੇਦਾਰਾਂ ਤੋਂ ਪੈਸੇ ਕਾਹਦੇ ਵਾਸਤੇ ਫੜਨੇ ਨੇ? ਕੀ ਮਜਬੂਰੀ ਪੈ ਗਈ ਆਪਾਂ ਨੂੰ? ਲੈ ਪਹਿਲਾਂ ਇਹਨੂੰ ਦੱਸ ਦੇ, ਮੇਰੇ ਨਾਲ ਗੱਲ ਤੇ ਰਹੇ ਬਾਅਦ ਚ ਕਰ ਲਈ। ਲੈ ਦੇਖ ਲੈ ਲੱਭ, ਤੂੰ ਵਿੱਚ ਕਾਹਨੂੰ ਬੋਲਦੀ ਹੁੰਦੀ ਆ ਜਦੋਂ ਅਸੀਂ ਮਾਂ ਪੁੱਤ ਬੈਠੇ ਗੱਲਾਂ ਕਰੀ ਜਾਂਦੇ ਆ, ਤੂੰ ਆਪ ਨੀ ਮੋਟੀ, ਤੇਰਾ ਦਿਮਾਗ ਵੀ ਮੋਟਾ। ਉਹ ਮੈਂ ਤਾਂ ਇਹ ਪੁੱਛਿਆ ਵੀ ਕੀ ਗੱਲ ਹੋ ਗਈ ਵੀ ਇੰਨੇ ਪੈਸਿਆਂ ਦੀ ਲੋੜ ਆ? ਬਸ ਤੂੰ ਵਿੱਚ ਨਾ ਬੋਲਿਆ ਕਰ, ਹੈ ਵਿੱਚ ਨੀ ਬੋਲਿਆ ਕਰਦੇ, ਉਹੀ ਵਿੱਚ ਬੋਲੂਗੀ ਕੋਈ ਵੀ ਗੱਲ ਹੈ। ਹਾਂ ਹਰੇਕ ਦੇ ਦੱਸ, ਪਹਿਲਾਂ ਇਹਨੂੰ ਦੱਸ। ਹੁਣ ਇਹਨੂੰ ਕੀ ਦੱਸਾਂ ਬੀਬੀ, ਹੁਣ ਆਪਣੀ ਤਾਂ ਮਾਂ ਪੁੱਤ ਦਾ 100 ਪੜਦਾ ਜ਼ਰੂਰੀ ਦੱਸਣਾ। ਜੇ ਇਹਨੂੰ ਪਤਾ ਲੱਗ ਗਿਆ ਮਿੰਡ ਚ ਭਾਂਡਾ ਦੇ ਚਾਚੇ ਦੇ ਘਰੇ ਭੰਦੇ, ਓਏ ਤਾਂ ਬੌੜੀ ਆ, ਇੱਥੇ ਤਾਂ ਗੱਟਿਆਂ 'ਚ ਤਾਂ ਦਿਮਾਗ ਆ, ਲੋੜ ਨਹੀਂ ਹੋਰ ਹੁਣ ਇਹਦਾ ਅਕਲ ਨਹੀਂ ਹੈਗੀ। ਮੈਂ ਤਾਂ ਮੈਨੂੰ ਆਇਆ ਮਹਾਂ ਵੀ ਚੱਲ ਬੀਬੀ ਸਿਆਣੀ ਆ, ਤੂੰ ਹੀ ਕੋਈ ਮਾੜਾ ਮੋਟਾ ਹੱਲ ਕਰੇਂਗੀ, ਹੁਣ ਇਹਦਾ ਤਾਂ ਕੀ ਆ,
ਇਹ ਤਾਂ ਇਹ ਨੀ ਪਤਾ ਕਿਸੇ ਗਵਾਂਢੀਆਂ ਲਵੇ ਚੋ ਆਵੇਗਾ। ਹਾਂ ਦੇਖ ਤਾਂ ਸਹੀ ਸਾਰੀ ਆਕਣ ਖਾ ਗਿਆ, ਪੱਲੇ ਗੁੱਸਾ ਗੁੱਸਾ ਹੀ ਰਹਿ ਗਿਆ। ਇਹਦਾ ਖਾ ਗਿਆ ਜੀ, ਇਹਦਾ ਕੁਛ ਨੀ ਹੈਗਾ, ਤਾਂ ਬੇਦਿਮਾਗ ਹੈ ਜੀ। ਚਲੋ ਕੋਈ ਗੱਲ ਨੀ, ਤੂੰ ਜਾ ਹੀ ਲਾ, ਮੈਂ ਬੈਂਕ ਚ ਜਾਣਾ। ਨਾ ਕੀ ਗੱਲ, ਅਖੇ ਮੈਨੂੰ ਮੋਟੇ ਦਿਮਾਗ ਦੀ ਕਹਿੰਦੀ ਆ, ਜਦੋਂ ਲੋਕਾਂ ਦੀਆਂ ਸੀ ਆਈ ਡੀਆਂ ਲੈਣੀਆਂ ਹੁੰਦੀਆਂ ਨੇ ਉਦੋਂ ਤੈਨੂੰ ਲਾਭੋ ਚੰਗੀ ਲੱਗਦੀ ਹੈਗੀ, ਹੁਣ ਤੂੰ ਘਰ ਦੀ ਕੋਈ ਗੱਲ ਦੱਸਦੀ ਨੀ ਹੈਗੀ ਮੈਨੂੰ। ਮੈਨੂੰ ਪਤਾ ਹੈ ਮੈਂ ਡਰਦੀ ਨੀ ਦੱਸਦੀ ਵੀ ਘਰ ਦੀ ਸਾਰੀ ਗੱਲ ਜਾ ਕੇ ਆਪਦੇ ਚਾਚੇ ਦੇ ਘਰੇ ਚੋਵੇਗੀ, ਉਹ ਕੰਨ ਕਰਨਗੀਆਂ ਸਾਡੇ। ਉਹੀ ਗੱਲ ਹੈ ਕਿ ਸੌਦੇ ਤੇ ਭਾਨੀ ਵੱਜ ਜੂ, ਤੇਰਾ ਕੀ ਜਾਊ। ਆਹੋ ਮੇਰਾ ਤਾਂ ਕੁਛ ਵੀ ਨਾ ਜਾਵੇ, ਹੁਣ ਮੈਂ ਵੀ ਜਾ ਕੇ ਚਾਚੇ ਕੇ ਦੱਸ ਕੇ ਆਊ ਵੀ ਆਹ ਸਾਰਾ ਖਿਲਾਰਾ ਨਾ ਮੇਰੀ ਸੱਸ ਦਾ ਪਾਇਆ ਹੋਇਆ, ਜਿਹੜਾ ਤੁਹਾਡੇ ਘਰੇ ਪਾਇਆ ਹੋਇਆ। ਨਹੀਂ ਮੈਨੂੰ ਗੱਲ ਦੱਸ ਕੀ ਆ, ਖਾਖਾਂ ਪਾੜ ਦੂੰ, ਮੇਰੀ ਗੱਲ ਸੁਣ ਲੈ। ਉਹ ਤਾਂ ਕੋਈ ਆਪਾਂ ਕੰਮ ਕਰਦੇ ਹਾਂ, ਤੁਹਾਡੇ ਭਲੇ ਦੀ ਉਹ ਗੱਲ ਹੈ। ਫਿਰ ਮੈਨੂੰ ਗੱਲ ਦੱਸ, ਹਾਲੇ ਨਹੀਂ ਦੱਸਦੀ ਮੈਂ ਤੈਨੂੰ। ਮੈਂ ਤਾਂ ਨਹੀਂ ਚਾਚੇ ਕੇ ਜਾਊਂਗੀ ਹੁਣ। ਬੜਾ ਸਿਆਪਾ ਛੜਿਆ ਚਾਚੇ ਕੇ ਜਾਣ ਦਾ, ਹੈ ਜਾ ਮੰਗ ਜਾ ਚਾਚੇ ਕੀ ਮੰਗ ਜਾ ਪਹਿਲਾਂ ਤੂੰ, ਫਿਰ ਦੱਸੂ ਤੈਨੂੰ। ਮੈਂ ਸਾਰੀ ਗੱਲ ਦੱਸ ਕੇ ਆਉਂ, ਚਾਚੇ ਕਿਆਂ ਨੂੰ ਵੀ ਕਰਮੇ ਨੂੰ ਵੀ ਇਹ ਵਿਗਾੜਦੇ ਨੇ, ਸਾਰਾ ਕੁਛ ਇਹ ਕਰਦੇ ਨੇ। ਗੱਲ ਦੱਸ ਕੀ ਆ। ਨਹੀਂ ਉਹ ਤਾਂ ਕਾਂਬੜੀਏ, ਹਾਂ ਆਪਾਂ ਨੂੰ ਜ਼ਮੀਨ ਦਾ ਕੀਲਾ ਮਿਲਦਾ ਇੱਕ ਸੌ ਖਾਂਗਰੇ। ਹਾਏ ਹਾਏ, ਸਾਡੀ ਤਾਂ ਜ਼ਮੀਨ ਹੋਰ ਵੱਧ ਜੂਗੀ। ਹੋਰ ਉਹੀ ਗੱਲ ਹੈ, ਹੁਣ ਉਹਨਾਂ ਕੋਲ ਤਾਂ ਉਨੀਓ ਜ਼ਮੀਨ ਹੈ, ਆਪਣੇ ਕੋਲ ਕੀਲਾ ਜ਼ਮੀਨ ਦਾ ਵੱਧ ਜੂਗਾ ਸਮਾਂ। ਮੈਂ ਸੋਡੀ ਮਾਰੀਏ ਫਿਰਦੀ ਹਾਂ, ਪੱਤੇ ਢੋਦੀ ਜਦੋਂ ਗੱਲ ਪੈਂਦੀ ਆ ਮੇਰੇ। ਮੈਂ ਫਿਰ ਮੈਨੂੰ ਐ ਦੱਸ, ਮੈਂ ਇਹਦੇ ਵਿੱਚ ਗੱਲ ਲੁਕਾਉਣ ਵਾਲੀ ਕੀ ਆ, ਜਦੋਂ ਆਪਾਂ ਤਿੰਨੇ ਜਣੇ ਇੱਕੋ ਜਿਹਾ, ਆਪਣੀ ਰਹਿ ਇੱਕੋ ਹੁੰਦੀ ਆ, ਫਿਰ ਤੁਸੀਂ ਆਹ ਗੱਲ ਕਾ ਤੂੰ ਮੇਰੇ ਤੋਂ ਲੁਕਾਉਣੇ। ਜੀ ਮੈਨੂੰ ਐ ਲੱਗ ਜਾਂਦਾ ਤੇਰਾ ਭੋਲਾ ਮਾਤਾ ਹੈ, ਇੱਥੋਂ ਅਗਲਾ ਵੜਿਆ ਕੇ ਗੱਲ ਪੁੱਛ ਲੈਂਦਾ, ਜੇ ਗੱਲ ਦਾ ਸਰਾਖ ਨਿਕਲ ਗਿਆ ਆਪਣਾ ਸੌਦਾ ਖਤਮ ਹੋ ਜੂ। ਐ ਕਿ ਮੈਂ, ਅੱਛਾ ਮੈਂ ਆਪਦੇ ਭਲੇ ਦੀ ਗੱਲ ਵੀ ਉਹਨਾਂ ਨੂੰ ਦੱਸ ਕੇ ਆਊ, ਐਡੀ ਬੋਲੀ ਨੀ ਹੈਗੀ ਮੈਂ ਜਿੰਨੀ ਤੂੰ ਸਮਝਦੀ ਆ। ਚਾਹ ਪੀਲਾ, ਖੜੀ ਹੋ ਕੇ ਮੈਂ ਡੰਗਰ ਵਾਲੇ ਕੋਲ ਨਹੀਂ ਜਾਂਦੀ ਆ। ਚੰਗਾ ਜਾ ਆ, ਲੈ ਦੱਸ ਹੈ, ਇਹਨੂੰ ਨਹੀਂ ਦੱਸਦੀ ਤਾਂ ਮਰਦੀ, ਦੱਸਦੀ ਆ ਤਾਂ ਮਰਦੀ, ਯਕੀਨ ਮੈਨੂੰ ਇਹਦੇ ਤੇ ਭੋਰਾ ਨੀ। ਇਹਨੂੰ ਅਗਲਾ ਵੜਿਆ ਕੇ ਸਾਰੀ ਗੱਲ ਪੁੱਛ ਲੈਂਦਾ ਵੀ ਤੁਹਾਡੇ ਘਰ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਇਹੋ ਜਿਹੇ ਭੋਲੇ ਮਤੇ ਦੀ ਹੈ, ਲੜਨ ਨੂੰ ਪੰਜਾਬ ਵਰਗੀ ਹੈ, ਕਹਾਂ ਕੀ ਨੂੰ, ਆਪਦਾ ਬਗੋਇਆ ਆਪੇ ਕਹੀ ਜਾਂਦਾ। ਤੇਰੀ ਕਮਾਦੋ ਨਿਕਲੀ ਏ ਸੋਨੀਆ, ਏ ਸੋਨੀਆ ਉਹ ਮੈਂ ਮਰ ਜਾ ਨਾ, ਤੈਨੂੰ ਹੁਣ ਰਾਤ ਦਾ ਘਰ ਦੇਖ ਗਿਆ, ਘਰੇ ਆ ਗਿਆ ਤੜਕੇ। ਉਹ ਘਰ ਦੇਖਿਆ ਤਾਂ ਹੀ ਆ ਗਿਆ, ਤੈਨੂੰ ਘਰ ਨਹੀਂ ਦੀਦਾ, ਤੂੰ ਤਾਂ ਬਾਹਰ ਜਾਨੀ ਆ ਨਾ ਬੇ। ਤੂੰ ਹੁਣ ਦਿਨੇ ਤੜਕੀ ਡੱਕਿਆ ਫਿਰਦਾ, ਕੀ ਗੱਲ ਆ, ਸਰਮ ਸੁਰਮ ਲਾ ਰੱਖੀ ਤੂੰ ਜਮਾ ਹੀ। ਮੇਰੀ ਮਰਜ਼ੀ ਅਗੇ ਤੂੰ ਤੜਕੇ ਰੱਖਿਆ ਫਿਰਦਾ, ਓ ਜੱਟਾਂ ਦੇ ਪੁੱਤ ਦਾ ਤੜਕੇ 4 ਵਜੇ ਪੈਗ ਲਾ ਲਾਂਦੇ ਆ ਨਾ। ਫਿਰ ਤੈਨੂੰ ਸ਼ਰਮ ਹੈ ਨੀਗੀ, ਰਾਤ ਕਿੱਥੇ ਮਰਦਾ ਸੀਗਾ, ਹੁਣ ਦੱਸ ਕੀ ਘਰੇ ਧੱਕੇ ਖਾਣਾ ਆ, ਉੱਥੇ ਰਹਿ ਜਾਂਦਾ ਸੀ ਕੱਲ। ਮਤੋਂ ਬਕਵਾਸ ਨਾ ਕਰ ਮੇਰੇ ਮੂਹਰੇ, ਛਿੱਤਰ ਨਾ ਖਾ ਲਈ, ਇਹ ਸਾਲੇ ਦੇ ਕਿਵੇਂ ਬੋਲਦੀ ਆ ਨਾ। ਤੂੰ ਬਾਹਰ ਜਾਂਦੀ ਆ, ਤੂੰ ਕਿਸੇ ਹੋਰ ਖਸਮ ਕੋਲੇ ਜਾਂਦੀ ਆ। ਫਿਰ ਮੈਂ ਕਿੱਥੇ ਨਿਕਲ ਗਈ ਸੀ, ਮੈਂ ਤਾਂ ਕਿਤੇ ਵੀ ਨੀ ਗਈ, ਮੈਂ ਤਾਂ ਕੱਲ ਦੀ ਘਰੀ ਆ। ਤੇਰੀ ਅੱਗ ਲੱਗ ਰਹੀ ਆ, ਪਤਾ ਨੀ ਕਿੱਥੇ ਲੰਘ ਜਾਂਦਾ ਗਾ, ਅੱਧੀ ਰਾਤ ਨੂੰ ਆਉਂਦਾ, ਰਾਤ ਆ ਰਾਤ ਨੂੰ ਵੀ ਨੀ ਆਇਆ। ਹਾਂ ਵਧੀਆ ਸਮਾਂ ਦੀ ਨਹੀਂ ਆਇਆ, ਤੂੰ ਲੋਕਾਂ ਦੇ ਘਰਾਂ ਚ ਹੋਰ ਵਗ ਜਾ, ਉਹ ਤਾਂ ਸੁੱਤੇ ਪੈਰ ਸੱਟ ਕੇ ਦਰ ਜਾਣੀ ਆ ਤੂੰ। ਬਾਲਾ ਨਾ ਬੋਲ ਚੰਗਾ, ਅੱਜ ਮੈਂ ਤੇਰੀ ਪੀਤੀ ਚ ਮਿੰਟ ਚਲਾ ਦੂੰਗੀ ਸੱਦ ਕੇ ਆਪਣੇ ਭਾਈ ਨੂੰ। ਭਾਈ ਦਾ ਤੇਰਾ ਕਹਾ ਦੇ ਨਾਡੂ ਹੈ ਭਾਈ। ਸ਼ਰਮ ਤਾਂ ਫਿਰ ਤੈਨੂੰ ਸ਼ਰਮ ਵੀ ਆਉਣੀ ਚਾਹੀਦੀ ਹੈ, ਆ ਲੋਕਾਂ ਨੂੰ ਜਲੂਸ ਦਿਖਾਉਣਾ, ਤੜਕੇ ਆ ਕੇ ਡੱਕਿਆ ਫਿਰਦਾ, ਲੋਕ ਰੱਬ ਦਾ ਨਾਂ ਲੈਂਦੇ, ਤੂੰ ਤੜਕੇ ਮੂੰਹ ਤੋਂ ਪੀ ਕੇ ਘਰੇ ਆ ਗਿਆ। ਓਏ ਸ਼ਰਮ ਦਾ ਘਰ ਦਾ ਤੈਨੂੰ ਆ, ਮੈਨੂੰ ਨਹੀਂ ਹੈਗਾ, ਮੈਂ ਤਾਂ ਦਾਰੂ ਪੀਤੇ, ਸ਼ਰਮ ਵਾਲੀ ਕਿਹੜੀ ਗੱਲ ਹੈ, ਸ਼ਰਮ ਦਾ ਤੈਨੂੰ ਆਉਣੀ ਚਾਹੀਦੀ ਹੈ ਜਿਹੜੀ ਤੂੰ
ਤੜਕੀ ਪਿੰਡ ਚ ਨਿਕਲ ਜਾਣੀਆਂ ਲੋਕਾਂ ਦੇ ਕੋਲੇ ਕੱਛਣਾ ਨਾ। ਫਿਰ ਦਾਰੂ ਪੀਣ ਨੂੰ ਦੱਸ ਕੋਈ ਮਰ ਗਿਆ ਸੀ ਤੇਰਾ ਵੀ ਤੂੰ ਤਾਂ ਦਾਰੂ ਪੀ ਆਇਆ ਬੰਦਾ ਕਿਸੇ ਦੁੱਖ ਚ ਪੀਂਦਾ ਹੁੰਦਾ। ਮਰ ਗਿਆ ਸੀ ਤੇਰੇ ਪੇਕੇ ਮਰ ਗਏ। ਕਿਉਂ ਤੇਰੇ ਹੀ ਨਾ ਮਰਨਾ, ਤੇਰੇ ਮਰ ਜਾਣ ਮਾਂ ਪਿਓ, ਮੇਰੇ ਕਿਉਂ ਮਰਨਾ। ਮੈਂ ਕਦੋਂ ਦੀ ਕਹੀ ਜਾਂਦੀ ਆ, ਮੈਨੂੰ ਵਗ ਜਾਣ ਦੇ, ਛੜਾ ਆਉਂਦੇ ਲੜੀ ਜਾਂਦੇ ਨੇ। ਉਹ ਲੜੀ ਜਾਣ ਦੇ ਨਾ, ਰੋਜ਼ ਦਾ ਕੰਮ ਹੈ। ਉਹ ਆਉਂਦੀ ਉਰੀ ਆਉਂਦੀ ਆ ਨੀ। ਕੀ ਹੋ ਗਿਆ ਹੁਣ, ਤੁਹਾਡੇ ਸੱਪ ਸਾਰਾ ਦਿਨ ਹੀ ਲੜੀ ਜਾਂਦਾ। ਮੇਰੀ ਗੱਲ ਸੁਣੋ, ਅੱਡ ਬਿਡੋ ਪੋਤਾ ਕਹਿੰਦੇ ਸੀ ਨਾ ਅਸੀਂ ਇੱਧਰ ਆਈਏ ਨਾ ਤੁਸੀਂ ਆਇਓ, ਅਸੀਂ ਤਾਂ ਹੁਣ ਗਏ ਨੀ, ਮੈਂ ਤਾਂ ਛੱਡਤਾ ਖੈਦਾ, ਹੁਣ ਤੁਸੀਂ ਕਿਉਂ ਉਰੇ ਧੱਕੇ ਖਾਣ ਆਏ ਹੋ? ਤੇਰੇ ਢੂਕਣੇ ਤੇ ਪੰਜਾਂ ਦਾ ਮਾਂ ਦੇਸ ਕੀ ਤੂੰ ਤਾਂ ਮਾਂ ਨੂੰ ਪਹਿਲਾਂ ਤੇਰੇ ਗਿੱਠਣੀ ਨੂੰ ਤੋੜ ਲੱਗੀ ਸੀ, ਐ ਬੋਲ ਜੀ ਸੀ ਜਦੋਂ ਮੈਂ ਕਹਾਂ ਸੀ ਵੀ ਮਾਂ ਪੇ ਕੰਮ ਆਉਣਗੇ, ਹੁਣ ਖਾਂਦੀ ਫੇਰ ਆਪਦੇ ਕਹਿੰਦੇ ਛਿੱਤਰ ਇੱਧਰ ਹੀ ਬੜੇ ਨੇ ਲੈਣੇ, ਫਿਰ ਸਮਝਾ ਤਾਂ ਸਕਦੇ ਨੇ ਪੁੱਤ ਤਾਂ ਕੋਈ ਹੈ ਕੰਜਰਾ। ਅੱਛਾ ਜਦੋਂ ਤਾਂ ਪੈਸੇ ਲੈਣੇ ਆ ਉਦੋਂ ਤਾਂ ਮੇਰਾ ਬੰਦਾ ਹੈ, ਤੇ ਜਦੋਂ ਤੇਰੇ ਛਿੱਤਰ ਪੈਂਦੇ ਉਦੋਂ ਪੁੱਤ ਹੈ ਇਹਨਾਂ ਦਾ। ਮੇਰੀ ਗੱਲ ਹੋਵੇ ਜਿਹੜੀ ਆ ਕੱਠੀ ਜੀ ਧੋਣ ਨੇ ਵੀ ਘੁੱਗੀ ਵਾਂਗੂ ਇਹਦੀ ਧੋਣ ਮੈਂ ਸਲਾਹੀ ਕਰੂੰ, ਤੂੰ ਪੜਿਆ ਹੋਇਆ ਆਪਦਾ ਕਰਦੀ ਗਿਆ ਇਹ? ਉਹਦੇ ਤਾਂ ਬਰਾਬਰ ਖੜ ਕੇ ਬਾਪੂ ਦੇ 50,000 ਮੇਰੇ ਭਾਈ ਨੂੰ ਚਾਹੀਦਾ, ਆ ਉਸੇ 50,000 ਦੀ ਝੋਸਦਾ ਭਾਈ ਇਹ। ਆ ਜਿਹੜੀ ਅੱਜ ਇਹਦੀ ਜਵਾਨ ਚੱਲੀ ਹੈ ਨਾ, ਇਹ ਵੀ ਸਭ ਤੇਰੀ ਕਰਤੂਤ ਹੈ। ਅੱਜ ਛੋਟੀ ਬੋਲ ਪਈ, ਜੇ ਤੂੰ ਬੋਲਦੀਆਂ ਮੇਰੇ ਮੂਹਰੇ ਆ ਕੇ ਮਾਂ ਦੇ ਮੂਹਰੇ, ਆਪਣੇ ਘਰ ਦੇ ਅਸੂਲ ਨਹੀਂ ਸੀ ਇੱਕ ਦੂਜੇ ਨੂੰ ਦੀਦੀ ਤੋਂ ਬਿਨਾ ਭੈਣ ਤੋਂ ਬਿਨਾ ਨਹੀਂ ਬੋਲਦੇ ਸੀ? ਤੁਸੀਂ ਤਾਂ ਦੋਨੇ ਗੁੰਗੀਆਂ ਹੋ, ਤੁਸੀਂ ਕਾਹਨੂੰ ਬੋਲਦੀ ਹੋ? ਤੁਸੀਂ ਤਾਂ ਕੱਲੀ ਮੈਨੂੰ ਬੋਲਣ ਜਾਂਦੀ ਹੋ ਵੀ ਮੈਂ ਬੋਲਦੀ ਹਾਂ। ਫਿਰ ਦੋਤੀ ਬੰਦੇ ਕਿਵੇਂ ਦੀ ਲੜਾਈ ਹੈ ਸਾਡੇ ਘਰੇ ਆ ਕੇ? ਮੇਰੀ ਗੱਲ ਸੁਣੋ, ਤੂੰ ਜਲੂਸ ਜਾ ਕੱਢਣਾ ਆਪਦੇ ਘਰੇ ਕੱਢ, ਇੱਥੇ ਕੀ ਲੈਣ ਆਇਆ ਤੂੰ? ਮੈਂ ਕੀ ਅੰਬ ਲੈਣਾ, ਮੇਰੀ ਗੱਲ ਸੁਣ ਬੇ, ਲੜਾਈ ਕਰਨੀ ਹੁੰਦੀ ਹੈ ਕੁੱਟ ਕਟਹਿਰਾ ਕਰਨਾ ਹੁੰਦਾ, ਪਹਿਲਾਂ ਵਾਰ ਡਾਲਿਆ ਕਰੋ ਆਪਦਾ, ਉੱਥੇ ਕੁੱਟ ਕਟਹਿਰੇ ਹੋ ਜਾ ਕਰੋ, ਸਾਡੇ ਘਰੇ ਨਾ ਆਇਆ ਕਰੋ। ਮੈਨੂੰ ਮਾਰੂ, ਮੈਂ ਮਾਰੂ, ਸੂਟਾਂ ਨੂੰ ਬਣਾਈ ਉਦੋਂ ਤਾਂ ਕਰਨਾ ਚੰਗਾ, ਸਾਡੇ ਦੋ ਮਾਜੀਆਂ ਦੀ ਬਣਦੀ ਆ ਲੜਾਈ, ਤੁਸੀਂ ਕਰਾਉਂਦੇ ਬਣਦਾ ਕੋਈ ਨੀ ਜਾਂਦਾ। ਸਾਡੀ ਤਾਂ ਬਣਦੀ ਸੀ, ਕੱਲ ਆਹੀ ਅੱਗ ਲਾ ਕੇ ਆਈ ਹੈ, ਪਤਾ ਨੀ ਕੀ ਕੁਛ ਕੰਨ ਭਰ ਕੇ ਆਈ ਹੈ। ਬਸ ਕਰ ਭਾਈ ਰਹਿਣ ਦੇ, ਸਾਨੂੰ ਨਾ ਬਦਨਾਮ ਕਰ, ਸਾਨੂੰ ਸਭ ਪਤਾ ਕਿਹੜਾ ਅੱਗ ਲਾਉਂਦਾ ਕਿਹੜਾ ਕੀ ਕਰਦਾ। ਜਾ ਹੁਣ ਉਹਨਾਂ ਦੇ ਜਾ, ਉਹਨਾਂ ਨੇ ਜਾ ਜਿਹੜੇ ਤੇਰੇ ਘਰ ਵਸਾਉਂਦੇ ਨੇ ਉਹਨਾਂ ਨੇ ਜਾ ਜਾ ਤਾਈ ਤੇ, ਕੋਈ ਨਾ ਕੋਈ ਐਡਾ ਰੌਲਾ ਸੁਣ ਕੇ
ਉਹਨੂੰ ਤਾਂ ਮੇਰੇ ਗੱਲ ਸੁਣ ਕੰਨ ਚ ਗੱਲ ਕਰਦਾ ਕੋਈ ਤਾਂ ਜੂ ਵੱਜਦੀ ਹੈ ਹਾਂ ਨਾਲੇ ਲਾਭੋ ਨਹੀਂ ਆਈ ਤੈਨੂੰ ਬਚਾਉਣ ਉਹ ਤਾਂ ਮਿੰਟ ਚ ਆਏ ਨੇ ਗੱਲਾਂ ਸੁਣਨ ਕੋਈ ਨਾ ਤੂੰ ਨਾ ਬਾਰੀ ਆਪਣੀ ਜ਼ਬਾਨ ਚਲਾ ਚ ਕੋਈ ਨਹੀਂ ਉਹੀ ਆ ਜਾਣਗੇ ਚੰਗਾ ਤੁਸੀਂ ਨਾ ਆਇਓ ਵਗ ਜਾਣਾ ਕੰਨ ਭਰ ਨਾ ਵੀ ਨਾ ਆਇਆ ਕਰੋ ਇਹਦੇ ਚੱਕਰ ਮੇਰੇ ਗੱਲ ਸੁਣ ਹੈਲੋ ਐ ਖੱਪ ਕਰਨਾ ਆਪੋ ਇਹਦੀ ਮੈਨੂੰ ਬਾਹ ਫੜਾ ਲੈ ਬਾ ਇੱਕ ਵਾਰੀ ਮੈਂ ਜਾਣਾ ਮੇਰਾ ਕੰਮ ਆਣੇ ਮੈਂ ਮੂਰੇ ਪੀਣ ਪਿਆਉਣ ਦਾ ਕੋਈ ਫਾਇਦਾ ਨਹੀਂ ਲੈ ਲੈ ਜਾ ਚੱਲ ਜਾ ਮੈਂ ਤਾਂ ਕੋਈ ਜਲਦੀ ਨਹੀਂ ਹੈਗੀ ਜਲਦੀ ਦੇ ਜਾ ਭਾਈ ਭਾਗ ਜਾ ਅਰੇ ਸੁਣ ਜਾ ਹੁਣ ਮਾਰ ਕੇ ਨਹੀਂ ਨਾਲੇ ਤੂੰ ਦੱਸੂ ਤੈਨੂੰ ਫਿਰ ਮੈਂ ਜਾ ਭਾਗ ਜਾ ਕਿਉਂ ਬੋਲੇ ਨਹੀਂ ਉਹਦੀ ਪਿੱਛੇ ਕਰਦਿਆ ਹੋਰ ਮਰ ਤੇ ਚੁੱਪ ਕਰ ਜਾ ਬਾਹਰ ਨਾ ਤੂੰ ਚੁੱਪ ਕਰ ਜਾ ਕਿਉਂ ਚੁੱਪ ਆ ਰਹਾ ਕੀ ਗੱਲ ਮੈਂ ਤਾਂ ਰਾਤੀ ਜੁੱਤੀਆਂ ਖਾਈ ਜਾਵਾਂ ਮੈਂ ਮੈਨੂੰ 100 ਰੁਪਿਆ ਦੇ ਯਾਰ ਲੈ ਆ ਦੇਖ ਲੈ ਆ ਦੀਦੇ ਸਿਰ ਚ 5 ਮਾਰੂ ਗੰਜ ਪਾਵੂ ਗੰਜ ਮੈਂ ਦੇਖ ਲਾ ਉਹ ਜਦੋਂ ਪੈਸਾ ਮੰਗ ਲੈ ਤੂੰ ਆਈ ਕਰਦਾ ਮੈਨੂੰ ਚੰਗਾ ਫਿਰ ਪੈਗ ਲਵਾ ਦੇ ਮੈਂ ਠੇਕਾ ਖੋਲਿਆ ਇੱਥੇ ਇਹ ਵੀਰ ਤੇਰੇ ਚਾਂਬਲ ਪਾਓ ਦੇ ਨਤੀਜੇ ਨੇਗੇ ਜਿਹੜੀ ਤੂੰ ਚਾਂਬਲੀ ਫਿਰਦੀ ਸੀਗੀ ਐ ਖੰਭ ਖਲਿਆਰਦੀ ਸੀ ਵੀ ਅੱਡ ਹੋ ਗਈ ਹੁਣ ਮੈਨੂੰ ਰੋਕਣ ਟੋਕਣ ਵਾਲਾ ਕੋਈ ਨੀ ਚੰਗਾ ਹੋ ਗਿਆ ਚੰਬਲਾ ਉੱਠ ਜਾ ਤੇਰਾ ਲਾਤਾ ਪਰ ਇੱਕ ਗੱਲ ਮੇਰੀ ਯਾਦ ਰੱਖੀ ਤੈਨੂੰ ਮੈਂ ਪਹਿਲਾਂ ਵੀ ਕਹਿੰਦੀ ਸੀ ਤੈਨੂੰ ਮੈਂ ਹੁਣ ਵੀ ਕਹਿੰਦੀ ਆ ਜਿੱਥੇ ਅਸੀਂ ਖੜ ਜਾਾਂਗੇ ਨਾ ਸੱਸ ਸਹੁਰਾ ਗਵਾਂਢੀ ਨਹੀਂ ਖੜਦੇ ਜਿਹੜੇ ਨੇ ਉਂਗਲਾਂ ਤੇ ਚੜ ਚੜ ਤੂੰ ਘਰ ਪੱਟਣ ਲੱਗੀ ਸੀਗੀ ਮਾਂ ਆ ਗੱਲਾਂ ਹੀ ਆ ਨਾ ਮੈਨੂੰ ਨਾ ਸੁਣਾਇਆ ਕਰ ਆਪਦੇ ਪੁੱਤ ਨੂੰ ਸਮਝਾ ਲਓ ਜਿਹੜੀਆਂ ਇੰਨੀਆਂ ਕਰਤੂਤਾਂ ਕਰਦਾ ਜੇ ਮੈਂ ਆਪਣੇ ਪੇਕਿਆਂ ਨੂੰ ਦੱਸਦਾ ਨਾ ਤੁਹਾਡੇ ਆਹ ਮੂੰਹ ਨਹੀਂ ਰਹਿਣੇ ਫਿਰ ਬਾਹ ਨਹੀਂ ਛੋਟ ਗਏ ਸ਼ਾਬਾਸ਼ੇ ਤੇਰੇ ਜੋ ਤਾਂ ਤੇਰੇ ਡਾਂਗਾ ਪੈਂਦੀਆਂ ਉਦੋਂ ਤਾਂ ਉਰੋਂ ਨੂੰ ਭੱਜੀ ਆਉਣੀ ਆ ਜਦੋਂ ਮਾਂ ਪਿਓ ਨੇ ਮਾੜੀ ਜੀ ਤੈਨੂੰ ਕੋਈ ਗੱਲ ਕਹਿਤੀ ਉਦੋਂ ਮੈਂ ਮੇਰੇ ਪੇਕੇ ਬੁਲਾਉਣੀ ਆ ਸਿਆਣਿਆਂ ਨੇ ਸੱਚ ਹੀ ਕਿਹਾ ਵੀ ਕੁਸੁੰਨ ਨੇੜੇ ਕਿ ਪੁੰਨ ਨੇੜੇ ਇਹਦੇ ਤਾਂ ਵੀਰ ਕੁਸੁੰਨੀ ਨੇੜੇ ਨੇ ਪੁੰਨ ਤਾਂ ਇਹਦੇ ਯਾਦ ਚੇਤੇ ਹੀ ਨਹੀਂ ਜਦੋਂ ਕੁਸੁੰਨ ਵੱਜਦੇ ਨੇ ਉਦੋਂ ਹੀ ਆਉਂਦੀ ਆ ਇੱਧਰ ਨੂੰ ਵਾਲੀਆਂ ਨਾ ਨੂੰ ਸੱਸ ਕਹਾਵਤਾਂ ਆਈਆਂ ਨਾ ਸੁਣਾਇਆ ਕਰੋ ਸੁਣ ਗਿਆ ਕਹਾਵਤਾਂ ਮੈਨੂੰ ਵੀ ਆਉਂਦੀਆਂ ਨੇ ਜੇ ਫਿਰ ਮੈਂ ਕਹਾਵਤਾਂ ਸੁਣਾਉਣ ਲੱਗ ਫਿਰ ਤੁਹਾਡੇ ਮਿਰਚਾਂ ਲੱਗ ਜਾਣਗੀਆਂ ਤੂੰ ਸੁਣਾ ਲੈ ਸਾਡੇ ਖਾਂ ਨੂੰ ਮਿਰਚਾਂ ਲੱਗ ਜਾਣਗੀਆਂ ਪਹਿਲਾਂ ਕਿਹੜਾ ਸੁਣਾਉਣ ਕਰਨੀ ਤਾਂ ਘਾਟ ਛੱਡੀ ਆ ਕੋਈ ਮੇਰੀ ਗੱਲ ਸੁਣ ਲੈ ਮਾਂ ਹੁਣ ਮੈਂ ਆਪਣੇ ਮਾਂ ਪਿਓ ਨੂੰ ਬੁਲਾਉਂਗੀ ਸੁਣ ਗਿਆ ਨਾ ਜੇ ਤਾਂ ਕੋਈ ਗੱਲ ਕਰਨੀ ਹੈ ਕਰ ਲਓ ਨਹੀਂ ਫਿਰ ਮੈਂ ਆਪੇ ਕਰ ਲੂੰਗੀ ਮੇਰੀ ਗੱਲ ਸੁਣ ਸਾਥੋਂ ਤਾਂ ਨਾ ਗੱਲ ਅੱਜ ਹੋਵੇ ਨਾ ਕੱਲ ਹੋਵੇ ਆਪਦੇ ਮਾਂ ਪਿਓ ਨੂੰ ਸੱਦ ਆਪਦੇ ਭਾਈ ਨੂੰ ਸੱਦ ਜਿਹਨੂੰ ਮਰਜ਼ੀ ਸੱਦ ਲੈ ਅੱਡ ਕਰਤੇ ਤੁਹਾਡਾ ਡੰਡਾ ਵੱਢਿਆ ਹਾਂ ਤੁਸੀਂ ਕਹਿੰਦਾ ਸਾਡੇ ਕਹਿਣੇ ਚ ਚੱਲਦੇ ਹੋ ਵੀਰ ਚੱਲ ਚੰਗਾ ਫਿਰ ਹੁਣ ਬੋਲੀ ਵੀ ਨਾ ਹੁਣ ਮੈਂ ਤੈਨੂੰ ਕਰਕੇ ਦਵਾਉਂਗੀ ਕੀ ਕਰਦੀ ਹੈ ਇੱਕ ਮਿੰਟ ਛੱਡ ਕੇ ਕੀ ਹੈ ਨਹੀਂ ਆ ਲੈ ਆਪਦੀ ਬੋਕਰ ਲੈ ਜੀ ਕੋਈ ਨਾ ਕਈ ਵਾਰ ਕੀ ਪਤਾ ਕਰਮੇ ਬਾਈ ਨੂੰ ਫੇਰ ਲੋੜ ਪੈ ਜੇ ਇਹ ਵੀ ਮੋਟੋ ਜੀ ਜਿਆਦੇ ਚੰਬਲੀ ਹੋਈ ਹੈਗੀ ਹੁਣ ਦੇਖੇ ਭੱਜੀ ਹਾਂ ਜਦੋਂ ਪੈਂਦੀਆਂ ਤਾਂ ਮਾਂ ਯਾਦ ਆਉਂਦੀ ਹੈਗੀ ਸਾਡੇ ਬੜੀ ਨਾ ਦੇਰੀ ਤੇ ਨਾ ਚੜੀ ਕਰਮੇ ਨੇ ਕਿਹਾ ਜੋੜ ਜੋੜ ਸਾਰਾ ਦੇ ਲਾਭੋ ਨਾ ਗੱਲਾਂ ਹੁਣ ਨਾ ਲਾਭੋ ਕੀ ਆਏ ਜਦੋਂ ਡਾਂਗਾ ਡੂੰਗਾ ਪੈ ਜਾਣਗੇ ਉਦੋਂ ਆਉਣਗੇ ਉਹ ਸੁਲਾ ਮਾਰਨ ਮੇਰੀ ਗੱਲ ਯਾਦ ਰੱਖੀ ਜੇ ਇਹਦਾ ਇਹੀ ਹਾਲ ਰਿਹਾ ਨਾ ਉਹ ਮਰਵਾਉਣਗੇ ਇਹਨੂੰ ਇੱਕ ਦਿਨ ਹਾਂ ਉਹ ਤਾਂ ਮਰਵਾਉਣਗੇ ਚੱਲ ਮਾਂ ਆਪਾਂ ਕੀ ਲੈਣਾ ਛੱਡੋ ਚੱਲ ਮੇਰੀ ਗੱਲ ਸੁਣ ਛੋਟੀਏ ਇੱਕ ਤੂੰ ਤੂੰ ਨਾ ਬੋਲਿਆ ਕਰ ਨੂੰ ਪਤਾ ਕੀ ਆ ਫਿਰ ਐਵੇਂ ਬਾਪੂ ਨੂੰ ਇਹ ਗੱਲ ਦਾ ਦੁੱਖ ਲੱਗਦਾ ਗਾ ਵੀ ਇਹ ਬੋਲ ਪੈਂਦੇ ਕੀ ਕਰੀਏ ਗੱਲ ਕਰ ਬੋਲਿਆ ਤਾਂ ਜ਼ਰੂਰ ਜਾਂਦਾ ਪਰ ਤੂੰ ਬਾਪੂ ਸਾਹਮਣੇ ਨਾ ਬੋਲਿਆ ਕਰ ਨੂੰ ਕੰਜਰਖਾਨਾ ਇਹੀ ਰਹਿਣਾ ਬਸ ਕਰ ਚੁੱਪ ਕਰਕੇ ਪਏ ਜਾ ਕਿਉਂ ਨੀ ਜਰਾ ਤੈਨੂੰ
ਬਾਪੂ ਤੂੰ ਤਾਂ ਰੱਬ ਹੈ ਮੇਰੇ ਵਾਸਤੇ। ਅੱਛਾ ਹੁਣ ਬਾਪੂ ਰੱਬ ਦੀ ਨਾ, ਤੇ ਉਦੋਂ ਬਾਪੂ ਨੂੰ ਕਿਵੇਂ ਬੋਲਦਾ ਹੁੰਦਾ ਸੀ, ਉਦੋਂ ਕੀ ਸੀ ਬਾਪੂ? ਬਾਪੂ ਐ ਕੰਮ ਕਰਦਾ ਯਾਰ, ਤੂੰ 100 ਰੁਪਇਆ ਦੇ ਦੇ ਮੈਨੂੰ। ਉਹ ਝਾੜਾ ਨਾ ਲੱਗਦੇ ਨੇ ਕਰਮਿਆਂ ਪੈਸੇ, ਉਹੀ ਗੱਲਾਂ ਕਰੀ ਜਾਂਦਾ ਤੂੰ। ਉਹ ਮੇਰੀ ਗੱਲ ਸੁਣ ਭਾਈ, ਆਹ ਜਿੰਨੇ ਚਿਰ ਚਾਹ ਜਲੂਸ ਕੱਢ ਦਿਓ, ਆਹ ਪਸ਼ੂਆਂ ਨੂੰ ਕੰਡਾ ਪਾ ਲਿਆ ਕਰੋ, ਤੇ ਡੋਲੂ ਦਾ ਜਾ ਧਰ ਦਿਓ ਓਟੇ ਕੋਲੇ, ਪਾ ਦਿਓ ਦੁੱਧ, ਦੁੱਧ ਪੀਣ ਨੂੰ ਤੁਸੀਂ ਤੇ ਨੀਰਾ ਪਾਉਣ ਨੂੰ ਬਾਪੂ। ਮੈਨੂੰ ਤਾਂ ਲੱਗਦਾ ਜਿੱਦੇ ਬਾਪੂ ਮਰ ਗਿਆ ਨਾ, ਉਦੇ ਵੀ ਕਹੋਗੇ ਵੀ ਬਾਅਦ ਚ ਚੱਕਾਂਗੇ, ਪਹਿਲਾਂ ਬਾਪੂ ਨੂੰ ਉਠਾਓ ਤੇ ਨੀਰਾ ਪਵਾਓ। ਨੀਰਾ ਪਾਈ ਜਾਂਦਾ ਜੀ, ਪਾਈ ਜਾਂਦਾ ਸੀ ਨੀਰਾ, ਲੱਛਣ ਕਰਨ ਨੂੰ ਹੋ ਰਿਹਾ ਵਿਹਲਾ, ਹੋਰ ਤਾਂ ਕੋਈ ਕੰਮ ਨੀ। ਉਹ ਤੂੰ ਮੈਥੋਂ ਛਿੱਤਰ ਨਾ ਖਾਲੀ, ਚੁੱਪ ਕਰਕੇ ਪੈ ਜਾ, ਬਾਲੀਆਂ ਗੱਲਾਂ ਚ ਫਾਇਦਾ ਨੀ ਹੈਗਾ। ਬਾਪੂ ਮੈਂ ਜਾਲੇ ਜੇ ਲਾਹੂੰਗਾ ਕਰੇ, ਅੱਜ ਬਾਤ ਕੀ ਹੈ? ਓਏ ਕਿਉਂ ਘਰ ਖਰਾਬ ਕਰਦਾ ਕਰ, ਮੈਂ ਕਿਉਂ ਘਰ ਖਰਾਬ ਕਰਦਾ ਭਾਈ, ਤਮਾਸਾ ਨਾ ਬਣਾਇਆ ਕਰ। ਉਹ ਘਰ ਖਰਾਬ ਕਰਨ ਨੂੰ ਮੈਂ ਕਿਹੜਾ ਬਾਪੂ, ਗੋਹੇ ਦੇ ਸਿੱਟੇ ਮਾਰਦਾ ਘਰ ਤੇ ਯਾਰ। ਆ ਉਹੀ ਤੇਰੀ ਮਾਂ ਹੈਗੀ ਵੀ ਮਾੜਾ ਮੋਟਾ ਤਾਂ ਚੱਲ ਜਵਾਕ ਜਲੇ ਉਹਨਾਂ ਭਰਾ ਜਾਂਦੇ ਹੀ ਰਹਿੰਦੇ ਨੇ, ਤੀਜੇ ਦਿਨ ਆ ਕੇ ਦੱਸਣ ਬਹਿ ਜਾਂਦੀ ਹੈ, ਕੀ ਲੋੜ ਸੀ ਉਹਨੂੰ ਭਕਾਈ ਮਾਰਨ ਦੀ? ਦੇ 100 ਰੁਪਇਆ ਯਾਰ। ਓਏ ਹੈ ਨੀ ਕਿਵੇਂ ਜੇਬਾਂ ਫਰੋਲ ਲੱਗਿਆ, ਉਹ ਕਮਾਲ ਕਰਦਾ। ਅਜੇ ਨਿਗੇ ਨਿਗੇ ਹੁੰਦੇ ਬਾਪੂ, ਉਦੋਂ ਰੁਪਈਆ ਦਿੰਦਾ ਹੁੰਦਾ ਸੀ, ਹੁਣ ਦੋ ਕਹਿੰਦਾ ਪੈਸੇ ਨੀ ਹੈਗੇ ਯਾਰ। ਓਏ ਕਰਮਿਆ ਹੁਣ ਤੂੰ ਨਿੱਕਾ ਨੀ ਰਿਹਾ ਭਾਈ, ਹੁਣ ਤੂੰ ਸਿਆਣਾ ਹੋ ਗਿਆ, ਆਪਦਾ ਆਪ ਕੰਮ ਸਮਾਰਿਆ ਕਰ, ਦੇਖਿਆ ਕਰ, ਕਮਾਈ ਕਰ ਕਰਮਿਆ, ਇਹ ਕੰਮਾਂ ਚ ਕੁਛ ਨੀ ਪਿਆ, ਗਾਹਾਂ ਟਾਈਮ ਔਖਾ ਹੋਜੂ ਤੈਨੂੰ ਮੈਂ ਦੱਸਾਂ ਗੱਲ। ਕਮਾਈ ਕਰੀ ਦਾ ਜਾਣੇ, ਹੋਰ ਕੀ ਕਮਾਈ ਕਰੀਏ ਯਾਰ, ਧੌਲੇ ਆ ਗਏ, ਚਿੱਟੇ ਹੋ ਗਏ, ਧੌਲੇ ਆ ਗਏ, ਹੁਣ ਤੈਨੂੰ ਸੁਧਰਨਾ ਚਾਹੀਦਾ, ਜਵਾਕ ਤੇਰੇ ਛਿੱਤਰ ਲਾਇਆ ਕਰਨਗੇ, ਕਰਮਿਆ ਤੈਨੂੰ ਕੁੱਟਿਆ ਕਰਨਗੇ। ਮੈਂ ਤਾਂ ਮੇਰੇ ਸਾਰਿਆਂ ਨੂੰ ਭੂੰਡ ਬਣਾ ਦਿਆ ਕਰੂੰ, ਭੂੰਡ ਲੈ ਕਰ ਲਿਆ ਕਰ, ਸਿੱਕਰ ਲਾਉਣਗੇ ਮੇਰੇ ਜਵਾਨ। ਉਹ ਮੈਨੂੰ ਤਾਂ ਤੂੰ ਵੀ ਬੰਨ ਕੇ ਬਿਠਾ ਲਿਆ, ਜਾਂ ਮਾੜੀ ਜਵਾਨ ਬੰਦ ਕਰ ਲੈ, ਸੌਂ ਜਾ ਘੰਟਾ, ਮੈਂ ਕੋਈ ਕੰਮ ਕਰ ਲਾਂ। ਮੈਨੂੰ ਪਵਾ ਲਿਆ ਦੇ ਦਾਰੂ ਦਾ, ਮੈਂ ਭੇਜਦਾ ਰਾਜ ਨੂੰ ਤੂੰ ਮੰਗਾਉਣਾ, ਤੂੰ ਤੂੰ ਹੱਲੀ ਨਾ ਚੰਗਾ, ਇੱਥੇ ਪਿਆ ਰਹੀ ਚੰਗਾ, ਆਹੋ ਬਾਹਰ ਨਾ ਜਾਈ, ਮੇਰਾ ਪੁੱਤ ਬਣ ਕੇ ਨਹੀਂ ਮੈਂ ਖੱਲੂ ਅੱਜ ਤੈਨੂੰ। ਜੇ ਨਾ ਲਿਆ ਕੇ ਤਾਂ ਮੈਂ ਉਧਰ ਘਰੇ ਆਉਂਗਾ। ਆ ਜੀ ਕੋਈ ਨਹੀਂ, ਉਧਰ ਆ ਜੀ, ਪਰ ਹੁਣ ਤੂੰ ਕਿਹੜਾ ਟਿਕ ਜਾ। ਚੰਗਾ, ਨਹੀਂ ਮੈਂ ਇੱਥੇ ਆ, ਜਾਂਦਾ ਨਹੀਂ ਕਿਤੇ। ਚੰਗਾ, ਮੈਂ ਕਦੋਂ ਦੀ ਲੱਗ ਰਹੀ ਹੱਥ ਮਾਰਨ ਸੰਜੀ ਨੂੰ, ਹਾਂ ਤੱਕ ਕੰਮ ਨਹੀਂ ਨਿਬੜਿਆ, ਤੂੰ ਤਾਂ ਹੋਰ ਆ ਭਾਈ ਤਾਂ ਨਹੀਂ ਰੇ ਕੰਮ ਚ, ਤਾਂ ਪਤਾ ਨਹੀਂ ਕਿਵੇਂ ਕਰੇ ਥੁੱਕ ਲੱਕ ਨਾਲ। ਤਾਈ ਲੈ ਆ ਜਾ, ਸੋਨੀਆ ਆ ਜਾ, ਇੱਥੇ ਬੈਠੀ ਆ ਤੂੰ ਕੱਲੀ ਕੱਲੀ ਬੈਠਣਾ ਵੀਰ, ਤੈਨੂੰ ਪਤਾ ਹੀ ਆ ਬੁੜੇ ਬੁੜੀਆਂ ਕੋਲ ਕੌਣ ਬਹਿੰਦਾ ਹੈ ਅੱਜ ਕੱਲ, ਬੁੜੇ ਬੁੜੇ ਤਾਂ ਕੱਲੀ ਬੈਠੇ ਹੁੰਦੇ ਨੇ। ਤਾਈ ਸਾਡੇ ਘਰੇ ਨਾ ਤੜਕੇ ਦਾ ਕਲੇਸ਼ ਪੈ ਰਿਹਾ ਹੈਗਾ, ਇੱਕ ਵਾਰੀ ਵੀ ਤੁਸੀਂ ਬਾਤ ਸੁਣ ਕੇ ਨਹੀਂ ਆਏ ਹੈਗੇ ਅੱਜ। ਵੀਰ ਮੇਰੀ ਗੱਲ ਸੁਣ ਲੈ, ਆਉਣ ਨੂੰ ਬਥੇਰਾ ਜੀ ਕਰਦਾ, ਤੇਰੀ ਸੱਸ ਦਮੂਹੀ ਹੈ, ਗਿਆ ਨੂੰ ਖਬਰ ਹੈ ਕੀ ਕਹਿੰਦੇ, ਉਧਰੋਂ ਕਾਕਾ ਨਹੀਂ ਘੱਟ, ਉਹ ਕਹਿੰਦੇ ਸਾਡਾ ਤਮਾਸਾ ਦੇਖਣ ਆਉਂਦੇ ਸੀ ਇਬੋ ਤਾਂ। ਆ ਦੇਖ ਲੈ ਹੁਣ ਉਹੀ ਗੱਲਾਂ ਸੁਣਾਈ ਜਾਂਦੀ ਸੀ, ਆਖੇ ਜਿਨ੍ਹਾਂ ਦੇ ਕੋਲ ਜਾ ਜਾ ਬਹਿੰਦੀ ਆ ਤੂੰ ਗੱਲਾਂ ਕਰਦੀਆਂ, ਹੁਣ ਤੇਰਾ ਪਤਾ ਲੈਣ ਨਹੀਂ ਆਏ, ਕਰਮੇ ਨੇ ਮੈਨੂੰ ਇੰਨਾ ਕੁੱਟਿਆ ਹੈ, ਸਾਡੀ ਬੁੜੀ ਜੀ ਨੇ ਉਂਗਲਾਂ ਲਾ ਲਾ ਕੇ ਰੋਜ਼ ਘਟਾ ਦਿੰਦੀ ਹੈਗੀ, ਕੀ ਗੱਲ ਤੂੰ ਕਹਿ ਕੇ ਨਹੀਂ ਆ ਸਕਦੀ? ਲੈ ਦੇਖ ਲੈ, ਹਾਂ ਕੋਈ ਨਹੀਂ ਵੀਰ, ਹੁਣ ਮੈਨੂੰ ਪਤਾ ਲੱਗ ਗਿਆ, ਮੈਂ ਕਰਮੇ ਦੇ ਕੰਨ ਖਿੱਚ ਕੇ ਆਉਂ, ਜ਼ਰੂਰ ਕਹਿ ਕੇ ਆਉਂਗੀ। ਭਾਈ ਰਹੀ ਗੱਲ ਤੁਹਾਡੀ ਬੁੜੀ ਦੀ, ਬਹੁਤ ਮਾੜੀ ਗੱਲ ਹੈ ਜਿਹੜੀ ਤੈਨੂੰ ਕੋਲੇ ਖੜ ਕੇ ਕਟਾਉਂਦੀ ਹੈ ਵੀਰ, ਆਏ ਹੱਕ ਨਹੀਂ ਬਣਦਾ, ਬਗਾਨੀ ਧੀ ਵੀ ਤਾਂ ਕਿਸੇ ਦੀ ਧੀ ਹੁੰਦੀ ਹੈ, ਐਂ ਤਾਂ ਸੋਚੇ ਉਹ। ਤਾਈ ਜਦੋਂ ਅਸੀਂ ਹੁਣ ਅੱਡਾਂ, ਜੇ ਕਿਤੇ ਜਾਣਾ ਹੁਣ ਮੈਂ ਇਕੱਲੀ ਜਾ ਨਹੀਂ ਸਕਦੀ ਹੈਗੀ, ਮੈਂ ਹੁਣ ਪੰਚਾਇਤ ਇਕੱਠੀ ਕਰਕੇ ਲਿਜਾਇਆ ਕਰਾਂ ਵੀ ਭਾਈ ਮੇਰੇ ਨਾਲ ਚੱਲੋ। ਲੈ ਸੌ ਕੰਮ ਧੰਦੇ ਨੇ ਵੀਰ ਆਪਾਂ ਨੂੰ ਘਰ ਚ ਜਾਣਾ ਵੀ ਪੈਂਦਾ ਹੈ। ਕੱਲ ਨਾ ਮੈਂ ਸੂਟ ਸਿਉਣੇ ਦੇਣ ਬਾਗੀ, ਮੈਂ ਜਿੱਦੇ ਤੁਸੀਂ ਗਏ ਹੋਏ ਸੀਗੇ ਮਾਮੇ ਦਾ ਪਤਾ ਲੈਣ, ਮੈਂ ਲਾਭੋ ਨਾਲ ਸ਼ਹਿਰ ਬਾਗੀ ਸੀ ਸੂਟ ਲੈਣ, ਤੇ ਉਹ ਮੈਂ ਕੱਲ ਸਮਿਆਉਣੇ ਦੇ ਆਈ, ਮੈਂ ਕਿਹਾ ਚੱਲ ਮੈਂ ਮੇਰੇ ਪੇਕੇ ਜਾਣਾ, ਮੈਂ ਸਮਿਆਉਣੇ ਦੇ ਆਵਾਂ, ਤੇ ਆਉਂਦੀ ਨੂੰ ਮੇਰੀ ਬੁੜੀ ਨੇ ਦੇ ਲਿਆ ਕਰਮੇ ਦੇ ਕੰਨ ਭਰਤੇ, ਕਰਮਾ ਕੱਲ ਦਾ ਟਲਿਆ ਹੋਇਆ, ਨਾ ਤਾਂ ਰਾਤ ਆਇਆ
ਹੈ ਅੱਜ ਤੜਕੇ ਹੁਣ ਦਾਰੂ ਦਾ ਡੱਕਿਆ ਪਿਆਗਾ, ਇੰਨਾ ਮੈਨੂੰ ਕੁੱਟਿਆ, ਤੇ ਜੇ ਮੈਂ ਉਧਰ ਜਾ ਕੇ ਕਿਹਾ ਮੈਨੂੰ ਕਹਿੰਦੀ ਹੁਣ ਕੀ ਇਧਰ ਧੱਕੇ ਖਾਣਾ ਹੀ ਹੈ, ਹੁਣ ਵੀ ਉਧਰ ਰਹਿ, ਉਦਣ ਕੀ ਤੈਨੂੰ ਅਸੀਂ ਭੈੜੇ ਲੱਗਦੇ ਸੀਗੇ। ਮੇਰੀ ਗੱਲ ਸੁਣ ਲੈ, ਕਰਮਾ ਪਹਿਲੇ ਦਿਨੋਂ ਲਾਈ ਲੱਗ ਗਿਆ ਵੀਰ, ਪਹਿਲੇ ਦਿਨੋਂ ਮਾਂ ਦੀਆਂ ਸੁਣਦਾ, ਉਹ ਦੂਜੇ ਨੀ ਸੁਣਦੇ, ਦੇਖ ਲਾ ਉਹਨਾਂ ਨੇ ਰਾਣੀਆਂ ਬਣਾ ਰੱਖਿਆ ਨੇ ਆਪਦੀਆਂ ਬੂਹਾਂ, ਹੈ ਗੱਲ ਚ ਗੱਲ ਕਰਦੇ ਨੇ ਉਹ, ਕਰਮਾ ਲੱਗਦਾ ਤੇਰੇ ਮੇਰੇ ਮਗਰ, ਤਾਂ ਹੀ ਤੇਰੇ ਹੱਡ ਕੁੱਟਦਾ। ਉਹਦੀ ਮਾਂ ਸਿਖਾਉਂਦੀ ਹੈ, ਲਾਵਾਂ ਨੂਤਰੀਆਂ ਲਾਉਂਦੀ ਹੈ ਵੀ ਹਾਂ ਅੱਡ ਹੋ ਕਿਵੇਂ ਗਏ, ਵੀ ਹੁਣ ਮੈਂ ਅੱਡ ਹੋ ਤਾਂ ਗਏ, ਜਿਉਂ ਨੀ ਦਿੰਦੀ ਮੈਂ ਇਹਨਾਂ ਨੂੰ। ਉਹੀ ਤਾਂ ਗੱਲ ਹੈ ਤਾਈ, ਤਾਂ ਹੀ ਤਾਂ ਉਹਨਾਂ ਨੂੰ ਗੱਲਾਂ ਆਉਂਦੀਆਂ ਨੇ, ਦੇਖ ਲੈ ਇੰਨੀਆਂ ਗੱਲਾਂ ਮਾਰਦੀਆਂ ਸੀ, ਮੈਨੂੰ ਕਹਿੰਦੀ ਇੱਧਰ ਦੱਸ ਹੁਣ ਕੀ ਕਰਨਾ, ਉਹਨੇ ਉੱਧਰ ਹੀ ਰਿਹਾ ਕਰ, ਜੁੱਤੀਆਂ ਖਾਇਆ ਕਰ, ਆਖੇ ਅੰਦਰੋਂ ਬਾਹਰ ਲਾ ਲਿਆ ਕਰ, ਅੰਦਰ ਬਾਹਰ ਲਾ ਕੇ ਇੱਕ ਦੂਜੇ ਨੂੰ ਕੁੱਟਿਆ ਕਰੋ, ਸਾਨੂੰ ਨਾ ਦੱਸਿਆ ਕਰੋ। ਲੈ ਮੱਚਦੀਆਂ ਨੇ, ਮੱਚਦੀਆਂ ਨੇ ਵੀ ਹਾਂ ਹਾਂ ਅੱਧ ਕਿਉਂ ਹੋਈ ਆ ਕਰਮੀ ਨੂੰ ਲੈ ਕੇ, ਵੀ ਵਿੱਚੇ ਛਿੱਤਰ ਖਾਣੇ ਤੀ, ਤੈਨੂੰ ਪਤਾ ਲੱਗਾ ਫਿਰ ਮਾੜਾ ਤਾਂ ਮੈਂ ਹਾਥੀ ਵੀ ਮਾਰ ਦਿੰਦਾ, ਜੇ ਤੇਰਾ ਬੰਦਾ ਮਾੜਾ ਤਾਂ ਹੀ ਤੈਨੂੰ ਉਹੀ ਗੱਲ ਹੈ ਕਿ ਭਤੀਜ ਦੇ ਨੀ ਉਹ। ਮੈਂ ਤਾਂ ਤਾਈ ਕਿਸੇ ਪਾਸੇ ਜੋਗੀ ਨਹੀਂ ਸੌਣ ਲੱਗੇ, ਮੈਂ ਤਾਂ ਹੁਣ ਆਈ ਕਹਿੰਦੀ ਹਾਂ ਕਿ ਮੈਂ ਤਾਂ ਮੇਰੇ ਪੇਕਿਆਂ ਨੂੰ ਫੋਨ ਕਰਦੀ ਹਾਂ, ਜੇ ਇਹਨੇ ਮੈਨੂੰ ਦੁਬਾਰੇ ਕੁੱਟਿਆ ਮੈਂ ਤਾਂ ਹੁਣ ਨਾ ਘਰੇ ਜਾਵਾਂ, ਮੈਂ ਤਾਂ ਇੱਧਰ ਹੀ ਰਹਿ ਜੂੰਗੀ। ਮੇਰੀ ਗੱਲ ਸੁਣ, ਨਾਲੇ ਤਾਂ ਮੇਰੀ ਸੱਸ ਨੂੰ ਕਹਿ ਗਈ, ਨਾਲੇ ਕਹਿ ਗਿਆ ਹੁਣ ਕਰਮੇ ਨੂੰ, ਕੀ ਮਤਲਬ ਹੈ ਭਾਈ ਬਗਾਨੀ ਜੀ ਦੇ ਹੱਡ ਕਟਾਉਣ ਦਾ, ਉਹ ਹਟਾ ਨਹੀਂ ਸਕਦੀ, ਸਿਆਣੀ ਬਿਆਣੀ ਹੈ, ਉਹਦਾ ਹੱਕ ਬਣਦਾ ਲੜਾਈ ਮਟਿਆਉਣ ਦਾ। ਤਾਈ ਸਾਡੀ ਬੁੜੀ ਨੂੰ ਕਹਿ ਕੇ ਆਈ, ਉਹ ਚੱਲਦੀ ਹੈ ਤੇਰੇ ਤੋਂ, ਬੁੜੀ ਨੂੰ ਕਹਿ ਕੇ ਆਉਂ। ਹਾਂ ਹਾਂ ਕੀ ਹੋਵੇ ਭੈਣੇ, ਕੀ ਹੋਣਾ ਲੱਭੋ, ਤੈਨੂੰ ਕਿਹੜਾ ਤੜਕੇ ਦਾ ਸੁਣਦਾ ਨਹੀਂ ਹੋਣਾ ਸਾਡੇ ਘਰੇ। ਨਹੀਂ ਮੈਂ ਤਾਂ ਨਾ ਡੰਗਰਾਂ ਵਾਲੇ ਕਹਿੰਦੇ ਗਏ ਸੀ, ਸਾਡੀਆਂ ਮੱਝਾਂ ਬੜੀ 2 ਦਿਨ ਹੋ ਗਏ ਤੇ ਨਵਾਈਆਂ ਨਹੀਂ ਸੀ, ਉਹ ਨਵਾਉਣ ਲੱਗ ਗਈ ਤੇ ਨਾਲੇ ਗੋਹਾ ਪੱਥ ਕੇ ਆਈਆਂ, ਕੀ ਗੱਲ ਹੋ ਗਈ, ਰੌਲਾ ਜਿਹਾ ਪਈ ਜਾਂਦਾ ਸੀਗਾ ਨੀ। ਉਹੀ ਤਾਈ ਨਾਲ ਗੱਲ ਕਰੀ ਜਾਂਦੀ ਸੀ, ਆ ਦੇ ਲੈ ਬੇੜਾ ਬੈਠੀਆਂ ਲੈ, ਇਹਨਾਂ ਤੜਕੇ ਕਰਮਾ ਡੱਕ ਕੇ ਆ ਗਿਆ ਕਿ ਤੜਕੇ ਕਟਵਾਤਾ, ਸੌ ਖਾਣੀ ਮੈਂ ਦੇਖ ਲੈ, ਹੈ ਐਂ ਵੀ ਕਟਾਇਆ ਕਰਦੇ ਨੇ, ਤੈਨੂੰ ਪਤਾ ਹੀ ਆ ਲੱਭ ਉਹਦਾ ਸੁਭਾਅ ਵੀ ਤਾਂ ਗਰਮੀ ਹੈ, ਮੈਂ ਵੀ ਤਾਂ ਕੱਟਦੀ ਹੋਈ ਆ ਇਹਦੇ ਨਾਲ, ਪਰ ਮੈਂ ਭਾਈ ਕਦੇ ਕਟਾਈ ਨਹੀਂ ਹੈਗੀ, ਮੈਂ ਤੈਨੂੰ ਇਹ ਤਾਂ ਗੱਲੀ ਗੱਲੀ ਜੋ ਮਰਜ਼ੀ ਕਹਿ ਦਿਆਂ। ਤਾਈ ਚੱਲ ਨੂੰ ਸੱਸ ਦੀ ਤਾਂ ਹੁੰਦੀ ਰਹਿੰਦੀ ਆ, ਐ ਤਾਂ ਨਹੀਂ ਹੈਗੀ ਵੀ ਤੂੰ ਆਪੀ ਨੂੰਗਲਾਂ ਲਾ ਕੇ ਇਹਨੂੰ ਕਟਵਾਉਣੀ ਹੈ। ਨਾ ਭੈਣੇ, ਹਾਏ ਹਾਏ ਹਾਏ, ਹਾਂ ਜਾ ਪਾਪ ਮੈਂ ਕਿੱਥੇ ਦੇਉਂਗੀ। ਅੱਛਾ ਤੇਰੀ ਸੱਸ ਕੋਲੇ ਖੜੀ ਤੀ, ਹੋਰ ਹੁਣ ਕੋਲੇ ਸੀਗੀ, ਸਾਰੇ ਬੈਠੇ ਸੀਗੇ, ਉਹੀ ਗੱਲ ਤੋਂ ਤਾਂ ਉਹਦੇ ਵਾਲਾ ਕੰਮ ਫਿਰ ਇਹਨੇ ਤਾਂ ਮਹਾ ਆਪਣੇ ਉਹੀ ਕਰਤਾ, ਇਹਨੇ ਤਾਂ ਇਹ ਬਾਗੀ ਉੱਥੇ ਕੱਪੜੇ ਸਿਉਣੇ ਦੇਣ ਕਰਮਾ ਘਰੇ ਤੇ ਬੁੜੀ ਮੰਗ ਰੋਂਗਲਾਂ ਨਾਲ। ਹਾਂ ਇਹ ਲੱਗਦਾ ਪਤਾ ਵੇਲਾ ਬਚਾ ਲੈਂਦੀ ਉਹ ਤਾਂ, ਵੀ ਹਾਂ ਹੁਣ ਹੀ ਨੀ ਸੋਨੀਆ, ਤੈਨੂੰ ਪਤਾ ਤਾਂ ਹੈਗਾ, ਫੇਰ ਕਹਿ ਦਿੰਗੀ, ਕਹਿੰਦੀ ਹੈ ਆਏ ਮਚੇਵਾ ਹੋ ਰਿਹਾ ਵੀ ਅੱਡ ਕਿਉਂ ਹੋ ਗਈ, ਕਿਉਂ ਹੋ ਗਈ ਤਾਈ, ਮੈਂ ਤਾਂ ਕਿਤੇ ਜਾਂਦੀ ਹੋਈ ਨਹੀਂ, ਮੈਂ ਤਾਂ ਸਾਰਾ ਦਿਨ ਘਰੀ ਮਰੀ ਰਹਿੰਦੀ ਆ, ਮੈਂ ਤਾਂ ਡਰਦੀ ਉਧਰ ਵੀ ਨਹੀਂ ਜਾਂਦੀ, ਕਰਮਾ ਕਹਿੰਦਾ ਸੀ ਤੂੰ ਉਧਰ ਨਹੀਂ ਵੜਨਾ ਹੈਗਾ ਤੇਰੇ ਸਾਹਮਣੇ, ਮੈਂ ਤਾਂ ਲਾਭੋ ਕੋਲ ਆ ਜਾਂ ਮਾੜਾ ਜਿਹਾ ਉਹਨਾਂ ਕੇ ਸੋਨੀ ਕੇ ਕੱਪੜੇ ਸਿਉਣੇ ਦੇਣ ਗਈ ਸੀ, ਸੌਣ ਲੱਗੇ ਜੇ ਤੀਜੇ ਘਰ ਕਿਤੇ ਗਈ ਹੋਵਾਂ। ਮਾਂ ਮੇਰੀ ਗੱਲ ਸੁਣ, ਬਾਲਾ ਮਚੇਵਾ ਤਾਂ ਇਹਨਾਂ ਨੂੰ ਐ ਹੋਇਆ ਪਿਆ ਵੀ ਇੱਧਰ ਨਹੀਂ ਆਉਂਦੀ, ਲਾਭੋ ਕੇ ਵਗ ਜਾਂਦੀ ਆ, ਤਾਂ ਕਰਕੇ ਮੈਂ ਤੈਨੂੰ ਐ ਕਹਿੰਦੀ ਆ ਸੋਹਣਿਆ ਨਾ ਆਇਆ ਕਰ ਭੈਣੇ ਇੱਧਰ, ਜਾ ਤੁਹਾਡੇ ਘਰੇ ਲੈ ਆਵੇ ਕਿਵੇਂ ਨਾ, ਇਹ ਤਾਈ ਦਾ ਘਰ ਹੈ, ਤਾਈ ਬੈਠੀ ਆ ਹਲੇ, ਮੇਰੀ ਗੱਲ ਸੁਣ ਪੁੱਤ, ਦੇਣਾ ਰਾਤ ਆ ਤੇਰਾ ਘਰ ਹੈ, ਦੁੱਖ ਸੁੱਖ ਤਾਂ ਕਰਨ ਵਾਸਤੇ ਹੁੰਦਾ ਹੈ, ਐਂ ਕੀ ਹੁਣ ਅੰਦਰ ਪੈ ਕੇ ਮਰਨਾ ਹੈ। ਨੀ ਮਾਂ ਆਪਾ ਕਿਹੜੇ ਨੂੰ ਆਏ ਕਹਿੰਦੇ ਵੀ ਨਾ ਉਹ ਮੱਚਦੀਆਂ ਨੇ ਫਿਰ ਉਹ ਨੀ ਉਹ ਕਰਦੀਆਂ ਇਹਨੂੰ, ਨਾ ਬਸ ਹੁਣ ਤਾਈ ਜਿੰਨਾ ਚਿਰ ਕਰਮਾ ਸਹੀ ਨੀ ਹੁੰਦਾ ਦਾਰੂ ਦੀ ਉਤਰਦੀ ਨੀ, ਮੈਂ ਤਾਂ ਜਾਂਦੀ ਨੀ, ਮੈਂ ਤਾਂ ਇੱਧਰ ਤੁਹਾਡੇ ਘਰੇ ਰਹੂੰਗੀ। ਚੱਲ ਬਹਿ ਜਾ, ਮੇਰੀ ਗੱਲ ਸੁਣ ਲੈ, ਰਹਿ ਤਾਂ ਜਾ ਜੀ ਸਦਕੇ, ਤੇਰੀ ਬੁੜੀ ਨੇ ਨੀ ਚੱਲਣਾ, ਨਾ ਚੱਲਣਾ ਤੇਰੇ ਬੁੜੇ ਨੇ ਵੀ, ਆਪਦੀ ਤਾਈ ਦੇ ਘਰੇ ਬੈਠੀ ਹੈ, ਉਹ ਤਾਂ ਤੈਨੂੰ ਪਤਾ ਹੀ ਹੈ, ਨਾਲੇ ਉਈ ਨੀ ਅਕੇ ਮੇਰੇ ਪੈਰ ਲੱਗਣ ਦਿੰਦੀ, ਨਾ ਤਾਈ ਕਦੇ ਕੁਛ ਕਹਿ ਦਿੰਦੀ, ਕਦੇ ਮੈਂ ਕਹਿ ਕੇ ਹੀ ਆਈ ਹਾਂ, ਮੈਂ ਕਹਿੰਦੀ ਉਹ ਆਈਆਂ ਨੀ ਹੁਣ ਤੇਰੀਆਂ ਵਾਲੀਆਂ, ਮੈਂ ਹੱਥ ਨਾ, ਮੈਂ ਕੋਈ ਗੱਲ ਨੀ ਮੈਂ ਉਧਰ ਹੀ ਜਾਂਦੀ ਹਾਂ, ਕਹਿੰਦੀ ਜਾ ਵਗ ਜਾ, ਮੈਂ ਕਿਹਾ ਜੇ ਹੁਣ ਤੁਸੀਂ ਉਹਨੂੰ ਸਮਝਾਉਣਾ ਸਮਝਾ ਲਓ, ਨਹੀਂ ਜਿਹੜਾ ਕੁਛ ਮੈਂ ਕਰਨਾ ਫਿਰ ਮੈਂ ਹੀ ਕਰੂੰਗੀ। ਕੋਈ ਨੀ, ਕਹਿੰਦੀ ਜਾ ਵਗ ਜਾ, ਦੱਸਦੀ ਆ ਕਿਹੜੀ ਗੱਲ ਤੋਂ ਮਚੇ, ਮੈਂ ਉਹਨਾਂ ਨੂੰ ਬੜੀ ਬਾਲਾ ਤਾਂ ਮੱਚਦੀਆਂ ਨੇ ਵੀ ਪੈਸੇ ਲਏਗੀ, ਤਾਂ ਕਰਕੇ ਖਿਜੀਆਂ ਪਈਆਂ ਨੇ, ਤਾਂ ਕਹਿੰਦੀਆਂ ਨੇ ਵੀ ਕੁੱਟੇ ਕਰਮਾ ਇਹਨੂੰ, ਤਾਂ ਜੇ ਕਰਮਾ ਕੁੱਟੂਗਾ ਤਾਂ ਇਹ ਇੱਧਰ ਆਉਗੀ ਵੀ ਸਾਡਾ ਗੋਲਾ ਧੰਦਾ ਕਰੂਗੀ। ਨਾ 50,000 ਤਾਂ ਲੈ ਤਾਂ ਕਰਮੇ ਨੇ, ਰੜਕਾਂ ਕੱਢਦੇ ਨੇ ਤੇਰੇ ਵਿੱਚ ਦੀ ਕੀ ਗੱਲ, ਰੋਜ਼ ਹੱਡ ਕਟਾ ਦਿੰਦੇ ਨੇ, ਮੈਂ ਦੱਸ ਕਿਸੇ ਦੀ ਧੀ ਨਹੀਂ ਹੈਗੀ ਪੜੀਏ, ਮੈਂ ਤਾਂ ਜਮਾ ਨਹੀਂ ਜਾਂਦੀ। ਤੂੰ ਬਰਾਬਰ ਮਾਰਦੀ ਮੇਰੇ ਪਿਓ ਦੇ ਸਾੜੇ ਦੇ, ਜਦ ਤੈਨੂੰ ਕੁੱਟਦਾ ਉਹੀ ਝਾੜੂ ਨਾਲ ਤੂੰ ਕੁੱਟਦੀ, ਮੈਂ ਸੁਣੀ ਜਾਂਦੀ ਤੀ ਛੋਡੇ ਵਾਲੀ ਕਹਿ ਰਹੀ ਤੀ ਝਾੜੂ ਲੈ ਜਾ ਆਪਦਾ, ਝਾੜੂ ਲੈ ਜਾ, ਫੇਰ ਕਰਮੇ ਨੂੰ ਲੋੜ ਪਊਗੀ। ਹਾਂ ਬਥੇਰਾ ਕੁਛ ਬੋਲਦੀਆਂ ਬਥੇਰਾ, ਉਹਨਾਂ ਦੇ ਸੁਣ ਕੇ ਤਾਂ ਹੀ ਤਾਂ ਇੱਧਰ ਆਈ ਆਂਗੀ,
ਉਹ ਕਹਿੰਦੀ ਹਾਂ ਹੁਣ ਤਾਂ ਲੱਭੋ ਕੋਲ ਜਾ ਜਾ ਬਾਈ ਨੀ ਹੁਣ ਲੱਭੋ ਆਈ ਨੀ ਤਾਂ ਹੀ ਤੈਨੂੰ ਕਹਿਣ ਆਈ ਆ ਮੈਂ ਜਾਂਦੀ ਸੀ ਆਉਂਦੀ ਤਾਂ ਮੈਂ ਉਹਦੀ ਸੀ ਫਿਰ ਮੈਨੂੰ ਆ ਮੇਰੀ ਮਾਂ ਤੋਂ ਡਰ ਲੱਗ ਗਿਆ ਮੈਂ ਹਾਂ ਇਹ ਕਹੂਗੀ ਵੀ ਤੂੰ ਕੀ ਕਰਨ ਗਈ ਆ ਜਦੋਂ ਮੈਂ ਘਰੇ ਬੈਠੀ ਸੀ ਉਹੀ ਤਾਂ ਗੱਲ ਜੇ ਤੁਸੀਂ ਉਹਦੀ ਆਈਆਂ ਹੁੰਦੀਆਂ ਨਾਲ ਤਾਂ ਚਾਰ ਗੱਲਾਂ ਤਾਂ ਹੀ ਸੁਣਾ ਦਿੰਦੀ ਮੇਰੀ ਸੱਸਾਂ ਨੂੰ ਪਤਾ ਲੱਗ ਜਾਂਦਾ ਉਹਨਾਂ ਨੂੰ ਵੀ ਨਹੀਂ ਵੀਰ ਮੈਂ ਮਗਰੋਂ ਸੁਣਾਉਂਗੀ ਤੇਰਾ ਗੱਲਾਂ ਤਾਂ ਮੇਰੇ ਕੋਲ ਵਾਧੂ ਨੇ ਸੁਣਾਉਣ ਨੂੰ ਗੱਲ ਕਰ ਤੇਰੀ ਸੱਸ ਦੇ ਕੰਨ ਸੁਣਦੇ ਨਹੀਂ ਹੈਗੇ ਹੈ ਉਹ ਮੇਰੀਆਂ ਗੱਲਾਂ ਸੁਣ ਕੇ ਰਾਜੀ ਨਹੀਂ ਕਿਉਂ ਉਹਨੂੰ ਪਸੰਦ ਨਹੀਂ ਨਾ ਆਉਂਦੀਆਂ ਘੱਟ ਪਸੰਦ ਆਉਂਦੀਆਂ ਨੇ ਵੀ ਮੇਰੇ ਨੂੰਹਾਂ ਧੀਆਂ ਦਾ ਘਰ ਹੈ ਜਾਣੀ ਮੇਰੇ ਤਾਂ ਨੂੰਹਾਂ ਆਈ ਨਹੀਂ ਮੈਂ ਵੀ ਦੱਸਦੀ ਉਹਨਾਂ ਨਾਲ ਕੱਟਣ ਲੱਗ ਰਹੀ ਹਾਂ 10 ਸਾਲ ਹੋ ਗਏ ਇਹਨੂੰ ਆਈ ਨੂੰ ਦਰਾਣੀ ਜਠਾਣੀ ਦੀ ਵੀ ਹੁੰਦੀ ਰਹਿੰਦੀ ਆ ਐ ਤਾਂ ਨੀ ਹੈਗੀ ਫਿਰ ਵੀ ਬੰਦੇ ਤੂੰ ਉਂਗਲਾਂ ਲਾ ਕੇ ਅਗਲੇ ਨੂੰ ਕਟਾਵਾ ਦੋ ਭਾਣੇ ਹਾਏ 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 ਪਰ ਹੱਡ ਨੀ ਕਟਾਈ ਜਾਂਦੇ ਬਗਾਨੀ ਜੀ ਦੇ ਤਾਈ ਫੇਰਾ ਗੱਲ ਆ ਮੇਰੀ ਗੱਲ ਸੁਣ ਜਾ ਤੂੰ ਉਧਰ ਖੜਕਾ ਕੇ ਨਾਲੇ ਮੇਰੇ ਸਹੁਰੇ ਨੂੰ ਸਮਝਾ ਕੇ ਚੰਗਾ ਤੂੰ ਤਾਂ ਹੁਣ ਵੱਡੀਆਂ ਕੁਛ ਵੀ ਕਹਿ ਸਕਦੀ ਐ ਮੈਂ ਹੁਣੇ ਜਾਣੀ ਆ ਹੁਣੇ ਪੱਟ ਕੇ ਆਉਂਦੀ ਝਾਟਕੀ ਨਾਲੇ ਤੇਰੀ ਸੱਸ ਦੀ ਹੈ ਨਾਲੇ ਕਾਕੇ ਜੀ ਦਾੜੀ ਪੱਟ ਕੇ ਹਾਂ ਵੀ ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ ਜਦੋਂ ਬਗਾਨੀ ਤੀ ਨੂੰ ਕਟਾਉਨੇ ਹੋ ਤੁਸੀਂ ਆਪਦੇ ਤੇ ਕਾਬੂ ਕਰ ਲੋ ਮੇਰੀ ਗੱਲ ਸੁਣ ਮਾ ਬਾਲਾ ਨਾ ਬੋਲੀ ਚੰਗਾ ਬਾਲਾ ਨਾ ਫਿਰ ਅਗਲਾ ਕਹੂਗਾ ਖਣੀ ਉਹਨਾਂ ਦੀ ਸਹਿ ਲੈਂਦੇ ਨੇ ਢੰਗ ਨਾਲ ਗੱਲ ਕਰਕੇ ਲੈ ਕੋਈ ਨਹੀਂ ਕੋਈ ਨਹੀਂ ਮੈਨੂੰ ਕੀ ਡਰ ਆ ਉਹਨਾਂ ਦਾ ਹੈ ਨਾਲੇ ਚੋਪੜੀਆਂ ਕਹਿੰਦੇ ਨਾਲੇ ਦੋ ਦੋ ਨਾਲੇ ਤਾਂ ਮੇਰੀ ਨੂੰਹ ਉਹਨਾਂ ਦੇ ਰੱਖੀ ਬੈਠੀ ਹੈ ਨਾਲੇ ਮੇਰਾ ਪੋਤਾ ਹੈ ਹਲੇ ਮੈਂ ਉਹਨਾਂ ਨੂੰ ਅੱਗੇ ਬੋਲਾਂ ਨਾ ਨੀ ਅੰਦਰ ਤਾਂ ਮੇਰੇ ਓਨੀਆਂ ਹੀ ਰੜਕਾਂ ਨੇ ਇਹਦਾ ਇੱਕ ਬਸ ਉਹੀ ਗੱਲ ਹੈ ਕਿ ਮੂੰਹ ਬੁਲਾ ਜਾ ਮੇਰੇ ਮੂੰਹ ਦੀ ਮਿੱਠੀ ਹੈ ਜਾਂ ਵਗ ਜਾ ਤਾਈ ਇਹਨਾਂ ਤੋਂ ਹੀ ਲੋਟ ਆਊਗੀ ਤਾਈ ਤੋਂ ਹੀ ਉਹ ਨੀ ਬਸ ਕਰਿਆ ਕਰ ਬਸ ਕਰਿਆ ਕਰ ਆ ਜਿਹੜੀ ਤੂੰ ਸਾਡੇ ਵਾਲੀ ਨੂੰ ਕਹਿਨੀ ਹੈ ਨਾ ਇਹ ਵੀ ਕੋਈ ਭਲਾ ਮਾਨਸ ਨਹੀਂ ਹੈਗੀ ਇਹ ਵੀ ਉਹਨਾਂ ਵਰਗੀ ਹੋਈ ਆ ਘੱਟ ਇਹ ਵੀ ਨਹੀਂ ਹੈਗੀ ਮਿੰਟ ਚ ਮੇਰੇ ਨਾਲ ਤੜਕੇ ਦੇਖ ਲਾ ਸਾਡੇ ਵਾਲੇ ਪਤਾ ਨਹੀਂ ਕੀ ਗੱਲ ਕਰਦੇ ਸੀ ਮੈਨੂੰ ਐਡਾ ਓਲਾ ਰੱਖਿਆ ਇਹਨੇ ਮਿੰਟ ਚ ਕਹਿਤਾ ਉਹਨੂੰ ਇਹਨੂੰ ਨਾ ਦੱਸ ਕਹਿੰਦੀ ਇਹ ਤਾਂ ਐਂ ਕਰ ਦੂ ਬਾਹ ਕਰ ਦੂ ਕੁੰਨੇ ਪਹਿਲਾਂ ਤੇਰੇ ਵਾਲੇ ਦੀ ਗੱਲ ਤਾਂ ਬਾਅਦ ਚ ਕਰੂ ਸਾਡੇ ਵਾਲੇ ਨੂੰ ਆਉਣ ਦੇ ਉਹਦੀ ਝਟਕੀ ਮੈਂ ਪੱਟੂ ਅੱਜ ਸਾਡੇ ਵੀ ਦੇਖੀ ਤੁਰੰਤ ਪੈਂਦੇ ਨੂੰ ਨਹੀਂ ਚੱਲ ਤੁਹਾਡੇ ਆ ਕੰਜਰ ਕਲੇਸ਼ ਤਾਂ ਨਹੀਂ ਹੁੰਦਾ ਜਿਹੜਾ ਸਾਡੇ ਹੁੰਦਾ ਹੈਗਾ ਤੁਸੀਂ ਤਾਂ ਵਧੀਆ ਹੋ ਬਾਪੂ ਪੈ ਗਿਆ ਕਿ ਉਹ ਕਰਕੇ ਆਈਏ ਥੌਲਾ ਉਹਦੇ ਪੁੱਛੇ ਰੱਖ ਕੀ ਥੌਲਾ ਕਰੇਗਾ ਭਾਈ ਜਿਹਾ ਜਿਹਾ ਬੰਦਾ ਉਹ ਸ਼ਰਾਬੀ ਕੁੱਟਦਾ ਜਿਹੀ ਕੰਧ ਕੁੱਟਦੀ ਬਾਪੂ ਤੇਰੀਆਂ ਆਹੀ ਗੱਲਾਂ ਦਾ ਨਾ ਫਾਇਦਾ ਉਠਾਉਂਦਾ ਹੈ ਉਹ ਤਾਂ ਹੀ ਤਾਂ ਉਹ ਆਪਣੇ ਇੱਧਰ ਆ ਕੇ ਬੋਲਣ ਲੱਗ ਜਾਂਦੇ ਨੇ ਨਾਲੇ ਤਾਂ ਆਪਣਾ ਹੀ ਖਾਂਦੇ ਨੇ ਤੇ ਆਪਾਂ ਨੂੰ ਮਾੜਾ ਬੋਲਦੇ ਨੇ ਉਹੀ ਗੱਲ ਫਿਰ ਤੇਰੀ ਉਹ ਤੈਨੂੰ ਪਤਾ ਨਹੀਂ ਇਹਨਾਂ ਦਾ ਮੈਨੂੰ ਪਤਾ ਇਹ ਢੰਗ ਬਣਾਉਂਦੇ ਨੇ ਜਾਣ ਜਾਣ ਕੇ ਕਿਹੜਾ ਲੜਦੇ ਨੇ ਇਹ ਵਿੱਚੋਂ ਗੱਲਾਂ ਹੋਰ ਹੁੰਦੀਆਂ ਨੇ ਭਾਈ ਇੱਕੋ ਹੀ ਹੁੰਦੇ ਨੇ ਪੁੱਤੇ ਇਹ ਮੈਂ ਤਾਂ ਤੈਨੂੰ ਐਂ ਕਹੀ ਨਹੀਂ ਰਾਜ ਕੋਈ ਅਧੀਆ ਪਊਆ ਉਹਨੂੰ ਹੋਰ ਚਾਸਾ ਆ ਕੇ ਨਾ ਉਹਨੂੰ ਟਕਿਆ ਕੇ ਲੈ ਜਾਣੇ ਨੂੰ ਪਾ ਦੋ ਆਥਣ ਤੱਕ ਪਿਆ ਰਹੂਗਾ ਨਹੀਂ ਇਹਨੂੰ ਵਿੱਚਰ ਨੂੰ ਫੇਰ ਕੁੱਟੂ ਉਹ ਇੰਨਾ ਗੱਲਾਂ ਕਰਕੇ ਇੱਥੋਂ ਤੱਕ ਪਹੁੰਚ ਗਈ ਗੱਲ ਤੁਸੀਂ ਨਾ ਆਹ ਗੱਲ ਕਿਹਾ ਕਰੋ ਵੀ ਹੋਰ ਪਿਆ ਆ ਐਂ ਨਹੀਂ ਟਿਕਦਾ ਇਹੀ ਚੀਜ਼ ਤਾਂ ਭਾਲਦਾ ਉਹ ਪਿਆਉਣ ਦਾ ਖਾਦੀ ਕੜੀ ਪਹਿਲਾਂ ਮੈਥੋਂ ਮੰਗੀ ਜਾਂਦਾ ਸੀ ਭਾਈ ਜੇ ਉਧਰ 11 ਗੇੜਾ ਮਾਰ ਲਈ ਕਿਤੇ ਉਹਨਾਂ ਤਾਲੂ ਨਾਲ ਜੀਭ ਲਾ ਕੇ ਹਲਕ ਸੁੱਕ ਜੇ ਉਹਦਾ ਉੱਥੇ ਪਈ ਰਹਿ ਜੇ ਉਹ ਬਾਪੂ ਲੱਗ ਜੇ ਜੀਭ ਇਹੀ ਤਾਂ ਜੀਭ ਲੱਗ ਹੀ ਜਾਵੇ ਤਾਲੂਏ ਨਾਲ ਉਹ ਫੇਰ ਵੀ ਆਪਦਾ ਕੰਜਰਾ ਢਿੱਡ ਤਾਂ ਮੱਚਦਾ ਹੀ ਹੈ ਆ ਜਾ ਬਾਈ ਜਾ ਭੈਣੇ ਹਾਂ ਕਿਵੇਂ ਜਰਮੀ ਤੇ ਠੀਕ ਹੈ ਹਾਂ ਠੀਕ ਆ ਤੂੰ ਦੱਸ ਠੀਕ ਹੈ ਠੀਕ ਆ ਤੁਸੀਂ ਕਿਵੇਂ ਰੌਲਾ ਜਾ ਪਾਰ ਕੇ ਹੈ ਨਹੀਂ ਬਸ ਪੁੱਛੋ ਨਾ ਭਾਈ ਸਤਿ ਸ੍ਰੀ ਅਕਾਲ ਰੌਲਾ ਤਾਂ ਭਾਬੀ ਜੇ ਇੱਕ ਦਿਨ ਦਾ ਹੋਵੇ ਤਾਂ ਦੱਸੀਏ ਇਹ ਤਾਂ ਰੋਜ਼ ਦਾ ਹੈ ਬੇ ਉਹੀ ਗੱਲ ਹੈ ਕਾਕੇ ਮਾੜਾ ਮੋਟਾ ਤੂੰ ਟਕਿਆ ਦਿਆ ਕਰ ਭਾਈ ਸਿਆਣਾ ਘਰ ਚ ਤੈਨੂੰ ਪਤਾ ਆਪਦੀ ਇੱਜ਼ਤ ਤਾਂ ਆਪਦੇ ਹੱਥ ਚ ਹੁੰਦੀ ਹੈ ਉਹ ਤਾਂ ਜਿਹਾ ਜਿਹਾ ਹੈਗਾ ਹੈਗਾ ਕਿਸੇ ਤੋਂ ਨਹੀਂ ਟਿਕਦਾ ਭੈਣੇ ਉਹ ਤਾਂ ਨਾ ਅੱਜ ਤੱਕ ਟਿਕਿਆ ਨਾ ਟਿਕੇ ਮੈਂ ਤਾਂ ਐਂ ਕਹਿੰਦੀ ਹਾਂ ਉਹ ਜਿਹੜੀ ਉਹਦੇ ਮਾਂਗਰ ਲੱਗੀ ਹੈ ਉਹਨੂੰ ਨੀ ਸ਼ਰਮ ਆਉਂਦੀ ਹੈਗੀ ਹੈ ਹੋ ਕੇ ਅੱਡ ਬਹਿਗੀ ਵੀ ਪਤਾ ਨੀ ਮੈਂ ਤਾਂ ਕਿੱਡੀ ਕੁ ਬਾਦਸ਼ਾਹ ਬਣ ਗਈ ਸ਼ਰਮ ਨਹੀਂ ਆਉਂਦੀ ਹੈਗੀ ਮੇਰੀ ਗੱਲ ਸੁਣ ਮੈਂ ਜਾਣਾ ਉਧਰ ਜੇ ਉਹ ਪੁੱਠਾ ਸਿੱਧਾ ਬੋਲਿਆ ਬਾਪੂ ਮੈਂ ਉਹ ਫਿਰ ਦੇਖ ਲਾ ਡਾਂਗ ਚੱਕੂ ਮੈਂ ਤਾਂ ਉਹ ਕਾਹਨੂੰ ਜੇਰਾ ਮੈਂ ਲਿਆ ਕੇ ਦੇ ਦੇਣਾ ਉਹਨੂੰ ਪਊਗਾ ਲਿਆ ਦੇ ਮਾਰੀ ਨਾ ਪੁੱਤ ਆਹੀ ਤਾਂ ਮੈਂ ਆਈ ਤੀ ਸਾਡੇ ਘਰੇ ਗਈ ਤੀ ਉਹ ਅੱਛਾ ਤੈਨੂੰ ਪਤਾ ਤਾਂ ਹੈਗਾ ਉਹੀ ਗੱਲ ਹੈ ਕਿ ਜਦੋਂ ਇਧਰੋਂ ਲੜ ਪੈਂਦੀ ਹੈ ਫਿਰ ਮੇਰੇ ਕੋਲ ਜਾ ਵੜਦੀ ਹੈ ਭੈਣੇ ਹੁਣ ਆਏ ਤਾਂ ਹੁਣ ਘਰ ਦੀ ਨੂੰਹ ਧੀ ਹੈ ਐਂ ਕਿਹਾ ਵੀ ਨਹੀਂ ਜਾਂਦਾ ਵੀ ਤੂੰ ਮੇਰੇ ਨਾਲ ਆ ਹਾਂ ਜਿਹੜਾ ਅਗਲਾ ਬੰਦਾ ਆ ਹੀ ਜਾਂਦਾ ਹੈ ਹਾਂ ਝਾੜੀ ਪਰ ਮੈਂ ਬਥੇਰਾ ਕਹਿੰਦੀ ਮੇਰੀ ਸੱਸ ਘਟਾਉਂਦੀ ਹੈ ਮੈਂ ਕਿਹਾ ਮੇਰੀ ਗੱਲ ਸੁਣ
ਹੈ ਸੱਸ ਤਾਂ ਫਿਰ ਮੇਰੇ ਨਾਲ ਦਿਨ ਕੱਟਦੀ ਨੂੰ ਕਿੰਨੇ ਸਾਲ ਹੋ ਗਏ ਸਾਨੂੰ ਇਕੱਠੀਆਂ ਨੂੰ, ਕਦੇ ਸਾਡੀ ਚੂ ਨੀ ਨਿਕਲੀ ਹੈ। ਮੈਂ ਕਿਹਾ ਸੋਡੇ ਚ ਹੀ ਆਏ ਬਣੇ, ਉਹ ਤਾਂ ਤੂੰ ਨਾਲ ਨੀ ਰਹੀ। ਕਹਿੰਦੀ ਮੈਨੂੰ ਛੇਤੀ ਅੱਡ ਕਰ ਦੋ, ਹੁਣ ਤੂੰ ਕੱਟ ਦੇ ਨਾ। ਹਾਂ ਕੱਟ ਲੈ ਫਿਰ ਹੁਣ ਭਾਈ, ਉਹ ਤਾਂ ਕੇ ਕਰਮਾ ਕਹਿੰਦਾ ਉਧਰ ਨਾ ਜਾਈ, ਤੇ ਮੈਂ ਦਾਰੂ ਦੇ ਹੱਥ ਨਹੀਂ ਲਾਉਂਦਾ। ਮੈਨੂੰ ਇਹਦੀ ਕਰਤੂਤ ਦਾ ਪਤਾ ਸੀ ਭੈਣੇ, ਮੈਂ ਕਿਹਾ ਨਹੀਂ ਦਾਰੂ ਛੱਡਣ ਵਾਲਾ, ਵੀ ਤੂੰ ਵਿੱਚੀ ਥੇਪੜ ਥੇ ਜਾਂ ਕਰੀ, ਚੱਲ ਚੱਲ ਨਾਲੇ ਅੱਡ ਰਹਿ ਨਾਲੇ ਵਿੱਚੀ ਘੁਸੜੀ ਰਹਿ ਨਾ। ਮੈਨੂੰ ਗਈ ਨੂੰ ਪੁੱਠਾ ਬੋਲਿਆ ਕਰੇ, ਸਿੱਧਾ ਨਾ ਬੋਲਿਆ ਕਰਿਆ, ਤੇਰੇ ਮਗਰੋਂ ਤੂੰ ਤਾਂ ਉਧਰ ਵਗ ਗਈ ਸੀਗੀ। ਮੈਂ ਘਰੇ ਗਈ, ਮੈਨੂੰ ਤਾਂ ਸਿੱਧੇ ਮੂੰਹ ਨੀ ਬੋਲੀ ਹੈਗੀ। ਲੈ ਦੱਸ ਹੁਣ ਫਿਰ ਮੈਂ ਛਡਾਉਣ ਕਿਹੜੇ ਮੂੰਹ ਜਾਵਾਂ, ਮੈਨੂੰ ਇਹ ਦੂਜੀਆਂ ਗਾਲਾਂ ਦਿੰਦੀਆਂ ਨੇ। ਨਹੀਂ ਜਾਇਆ ਜਾਂਦਾ ਵੀਰ, ਨਹੀਂ ਜਾਇਆ ਜਾਂਦਾ, ਉਹੀ ਗੱਲ ਹੈ। ਉਦੋਂ ਅੱਡ ਨਾ ਹੁੰਦੀ, ਉਦੋਂ ਰਲ ਮਿਲ ਕੇ ਟਾਈਮ ਕੱਢਦੀ ਜਦੋਂ ਉਹਦਾ ਬੰਦਾ ਮਾੜਾ ਮਾੜਾ ਸੀ। ਉਹ ਤਾਂ ਕਹਿੰਦੀ ਛੇਤੀ ਮੈਨੂੰ ਅੱਡ ਕਰੋ ਵੀ ਮੈਂ ਚੌਲੇ ਬਲੌਲੇ ਕਰੂੰ, ਹੁਣ ਡਾਂਗ ਤੇ ਡੇਰਾ ਹੁੰਦਾ ਹੈ, ਹੁਣ ਚੰਗੀ ਲੱਗਦੀ ਹੈ। ਹਾਂ ਪੁੱਛ ਨਾ ਭੈਣੇ, ਕਿਹੜੀਆਂ ਗੱਲਾਂ ਤਾਂ ਦੱਸਾਂ ਤੇ ਕਿਹੜੀਆਂ ਤੇ ਪਾਵਾਂ ਪੜਦੇ। ਤੂੰ ਤਾਂ ਬਾਗੀ ਪੇਕੀ, ਇਹਨਾਂ ਨੇ ਤਾਂ ਗੁਰਛਰ ਲਿਹੜਾਏ ਨੇ, ਤੂੰ ਮਗਰੋਂ ਇੱਕ ਰਲ ਗਈ ਤੇਰੇ ਵਾਲੀ ਨੂੰ। ਹਲ ਤਾਂ ਮੈਂ ਤੇਰੇ ਕੋਲੇ ਆਉਣਾ ਸੀ, ਮੇਰਾ ਟਾਈਮ ਨੀ ਲੱਗਿਆ ਹੈਗਾ। ਇਹ ਤਾਂ ਸ਼ਹਿਰ ਬਾਜ਼ਾਰ ਸੂਟ ਲਿਆਂਦੇ, ਸਿਉਣੇ ਪਿੰਡ ਚ ਦੇ ਆਈਆਂ, ਬਥੇਰਾ ਕੁਛ ਭਰਿਆ, ਤਾਂ ਖੁੱਡੇ ਤੇ ਖਾਂਦੀਆਂ ਨੇ, ਤਾਂ ਖੁੱਡੇ ਤੇ ਖਾਂਦੀਆਂ ਨੇ। ਮੈਂ ਹੈ ਹੀ ਨੀ ਠੀਕ, ਹਾਂ ਹੈ ਨੀ, ਮਗਰੋਂ ਖੁੱਲ ਖੇਡ ਸਾਡੇ ਵਾਲੀ ਨੂੰ ਵੀ ਹੋ ਜਾਂਦੀ ਹੈ। ਸਰ ਨੂੰ ਛੇੜੇ ਨਾ ਛੇੜ, ਬਸ ਦਿਨ ਕੱਟੀਆਂ ਨੇ, ਮੁੰਡੇ ਨਾਲ ਗੱਲ ਨੀ ਕਰਨ ਦਿੰਦੀ, ਉਹਦੀ ਹਿਣਕ ਪੈਂਦੀ ਹੈ। ਦੱਸੋ ਮੈਨੂੰ ਕੀ ਗੱਲ ਹੈ ਵੀ ਤੂੰ ਦੱਸ, ਘਰ ਦੀ ਲੀਡਰ ਹੈ, ਦੱਸਾਂ ਮੈਂ, ਦੱਸਾਂ ਹਰੇਕ ਗੱਲ ਨੀ ਦੱਸੀ ਦਿੰਦੀ ਨੂੰਹ ਧੀ ਨੂੰ, ਨਾਲੇ ਅੱਧਾ ਪਰਦਾ ਪਰ ਰੱਖਦੇ ਹੁੰਦੇ ਆ, ਇਹ ਤਾਂ ਸਾਰੇ ਪਰਦੇ ਚੱਕ ਦਿੰਦੀਆਂ ਨੇ, ਇਹਨਾਂ ਨੂੰ ਕੀ ਲੱਖਣਾ ਗੱਲ ਕਰਨ ਦਾ। ਵੀ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ? ਹੈ ਤੇਰੇ ਬੰਦੇ ਨਾਲੋਂ ਪਹਿਲਾਂ ਤਾਂ ਕਹਿੰਦੇ ਮੇਰਾ ਹੀ ਪੁੱਤ ਸੀ, ਮੇਰੇ ਨਾਲ ਵੀ ਕਰ ਲੈਣ ਦੇ। ਮੇਰੀ ਗੱਲ ਸੁਣ ਲੈ, ਜਿੱਦਣ ਬਗਾਨੀ ਧੀ ਆ ਗਈ ਉਦੋਂ ਕਾਹੋ ਪਾਣੀਆਂ ਪੁੱਤ ਵੀ ਗਿਆ ਜਾਂਦਾ। ਹਾਂ ਜਮਾ ਜਾਂਦਾ, ਤੇ ਮਾਂ ਦਾ ਨਹੀਂ ਰਹਿੰਦਾ ਫਿਰ, ਨਾ ਨਾ, ਤਾਂ ਬਗਾਨੀ ਧੀ ਦਾ ਹੀ ਹੋ ਜਾਂਦਾ, ਇਹ ਤਾਂ ਔੜਕਾ ਛੱਡ ਦੇ ਵੀ ਹਾਂ ਫਿਰ ਮਾਂ ਦੀ ਸੁਣੂਗਾ, ਕਦੇ ਨੀ ਸੁਣਦਾ, ਚਾਹੇ ਕਿੰਨੇ ਹੀ ਚੰਗਾ ਪੁੱਤ ਹੈ। ਬਦਲੂ ਜ਼ਰੂਰ ਤੀਵੀਂ ਆਈ, ਬਦਲਦਾ ਕੀ ਕਰੀਏ ਹੁਣ, ਇਹ ਤਾਂ ਕੋਈ ਘੱਟ ਨੀ ਹੈਗਾ ਬਾਬੀ, ਸਾਰੇ ਅੱਗ ਦੇ ਭਾਂਬੜ ਨੇ, ਬਸ ਪਾਣੀ ਦੀ ਬਾਲਟੀ ਪਾ ਛੱਡਿਆ ਕਰੋ, ਥੇਪੜ ਥੜੀਆ ਕਰ ਲੋ, ਮਨ ਕਿਉਂ ਦੁਖੀ ਕੀਤਾ ਹੁਣ ਫਿਰ। ਤੇ ਫਿਰ ਹੁੰਦਾ ਨੀ ਕਾਕੇ ਥੇਪੜ ਸਪਰਾਈਆ, ਜਦੋਂ ਲੋਕ ਸੁਣਦੇ ਨੇ ਲੋਕ ਗੱਲਾਂ ਕਹਿੰਦੇ ਨੇ ਵੀ ਫਲਾਣੀ ਗੱਲਾਂ ਆਏ ਚਿਮਕੀ ਝੱਲਣੀਆਂ ਸੌਖੀਆਂ ਨੀ ਪਈਆਂ, ਬਾਲੀਆਂ ਔਖੀਆਂ ਨੇ, ਬਾਲੀਆਂ ਔਖੀਆਂ ਨੇ, ਹਾਂ ਸੁਣਨੀਆਂ ਬਹੁਤ ਔਖੀਆਂ ਨੇ। ਘਰ ਦੀ ਤਾਂ ਸੁਣ ਕੇ ਘਰ ਦੀ ਮੁਟਿਆ ਲਾਂਗੇ, ਲੋਕਾਂ ਬਾਰੀ ਕੀ ਕੰਨ ਬੰਦ ਕਰ ਲਈਏ ਜਦੋਂ ਲੋਕ ਗੱਲਾਂ ਕਰਦੇ ਨੇ। ਨਾਲੇ ਤੂੰ ਕਹਿ ਦਿਆ ਕਰ ਮਾੜਾ ਮੋਟਾ ਕਾਕੇ ਕੁਛ ਨੂੰ, ਤੇਰਾ ਵੀ ਹੱਕ ਬਣਦਾ ਸਮਝਾਉਣ ਦਾ। ਉਹ ਭਾਬੀ ਕਾਕਾ ਦੱਸ ਕਿਹੜਾ ਉਹਦੇ ਗੋਲੀ ਮਾਰੇ, ਉਹਦਾ ਝੰਡੇ ਦੇ ਵਿੱਚ ਡਾਂਗੜਾ ਰਿਹਾ ਲੰਬੀ, ਰੋਜ਼ ਗਿੱਠ ਤਾਹਾਂ ਚੱਕਦਾ, ਹਰੇਕ ਦੇ ਬਾਰ ਚ ਜਾ ਕੇ 100-100 ਰੁਪਇਆ ਮੰਗਦਾ, ਤੈਨੂੰ ਪਤਾ ਅਸੀਂ ਕਿਵੇਂ ਦਿਨ ਕੱਢਦੇ ਆ। ਬੇ ਮੇਰੀ ਗੱਲ ਸੁਣ ਲੈ, ਤੂੰ ਤਾਂ ਕਹਿਤਾ ਵੀ ਝੰਡੇ ਚ ਡਾਂਗੜਾ ਰੱਖੀ ਹੈ, ਹੈ ਤੂੰ ਮਾੜਾ ਮੋਟਾ ਆਪ ਵੀ ਸੋਚ ਲੈ, ਤੂੰ ਤਾਂ ਸਿਆਣਾ ਹੈ, 100-200 ਦੇ ਕੇ ਉਹਨੂੰ ਵੜਿਆ ਲਿਆ ਕਰ, ਉਹੀ ਗੱਲ ਹੈ ਕਿ ਇਹੋ ਜਿਹੇ ਝੰਡੇ ਡਾਊਗਾ ਆਪਣੇ ਘਰ ਦੇ ਹੱਥ ਚ ਵੀ ਨਹੀਂ ਆਉਣੇ। ਉਹ ਹੱਦ ਹੋ ਗਈ ਭਾਬੀ ਤੇਰੇ ਵਾਲੀ ਵੀ, ਅੱਗੇ 100-200 ਦੇ ਦਿਆ ਕਰੋ, ਇਹਨੇ ਤਾਂ ਲੱਖਾਂ ਚ ਫੂਕਾਂ ਮਾਰਤੀਆਂ ਫਿਰ ਵੀ ਟਿਕਿਆ ਨੀ। ਚੱਲ ਛੱਡ ਪਰਾਂ, ਸਾਡੇ ਘਰ ਦਾ ਕੰਜਰਖਾਨਾ ਤਾਂ ਮੁੱਕਦਾ ਨੀ, ਮੈਨੂੰ ਤੂੰ ਆਏ ਦੱਸ ਬਾਈ ਕਿਵੇਂ ਐ, ਮੈਥੋਂ ਤਾਂ ਤੇਰੇ ਕੋਲੇ ਪਹੁੰਚੇ ਹੀ ਨੀ ਗਿਆ। ਚੱਲ ਕੋਈ ਨੀ, ਤੈਨੂੰ ਪਤਾ ਜਦੋਂ ਤੇਰੇ ਘਰੇ ਆਵਦਾ ਹੀ ਨੀ ਅੱਗੇ ਲੋਟ ਆਉਂਦੀ ਕਹਾਣੀ, ਹੋਰ ਮੇਰੇ ਕੋਲ ਕੀ ਜਾਵੇਗੀ, ਇਹ ਤਾਂ ਆਪਣਾ ਦੁੱਖ ਸੁੱਖ ਹੈ, ਅੱਜ ਹੋ ਜੂਗਾ ਜੇ ਉਦਣ ਨੀ ਹੋਇਆ। ਉਹੀ ਗੱਲ, ਉਹ ਤਾਂ ਠੀਕ ਹੈ ਭੈਣੇ, ਤੈਨੂੰ ਪਤਾ ਮੰਜੇ ਚ ਪਏਗਾ, ਮੰਜੇ ਚ ਪਿਆਂ ਦੀ ਕਾਹਦੀਆਂ ਮਨੈਦਾਂ ਹੁੰਦੀਆਂ ਨੇ, ਜਾਂ ਠੀਕ ਹੋਊਗਾ ਦੇਖੀ ਜਾਓ, ਪਤਾ ਲਾ ਕੇ ਚਾਰ ਦੇ ਨਾਲ। ਹੋਰ ਫਿਰ ਕੀ ਕਰੇ, ਘਰ ਵੀ ਨੀ ਸੁਣਨਾ ਛੱਡਿਆ ਜਾਂਦਾ, ਮਗਰ ਸੁਣਨਾ ਛੱਡ ਗਿਆ ਭੂਤਨੀਆਂ ਦਾ ਨੀ, ਤੈਨੂੰ ਪਤਾ ਹੈ। ਹੋਰ ਆ ਦੇਖ ਲੈ, ਰੋਜ਼ ਕੋਲੇ ਚੜ ਜਾਂਦੀ ਜਦੋਂ ਮੈਂ ਬੱਗੀ ਸੀ, ਮੇਰੀ ਤਾਂ ਮਜਬੂਰੀ ਸੀ, ਇਹਨਾਂ ਦੀ ਕਾਹਦੀ ਮਜਬੂਰੀ ਹੈ ਰੋਜ਼ ਝੋਲਾ ਚੱਕ ਜਾਣ ਦੀ, ਇਹਨਾਂ ਨੂੰ ਤਾਂ ਖੁੱਲ ਖੇਡ ਹੋ ਜਾਂਦੀ ਹੈ। ਓ ਸਾਡਾ ਪੇੜਾ ਵੇ, ਓ ਪਿਆਰੇ ਘਟੇ, ਓ ਕਰਮੇ, ਹਾਂ ਓ ਕੀ ਕਰੀ ਜਾਂਦਾ ਤੂੰ, ਹਾਂ ਕਿਵੇਂ ਆ, ਠੀਕ ਹੈ, ਮੈਂ ਤਾਂ ਤੂੰ ਦੱਸ, ਠੀਕ ਹੈ, ਮੈਨੂੰ ਕੀ ਹੋਇਆ। ਓਏ ਮਾੜੀ ਮੋਟੀ ਦੇਖ ਲਿਆ ਕਰ ਘਰ ਨੂੰ ਵੀ, ਕਿਉਂ ਤੂੰ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ, ਕਿਉਂ ਇਹੋ ਜਿਹੇ ਲੱਛਣ ਪਿਓ ਫੜੇ ਨੇ ਤੈਂ, ਬਾਈ ਬਣ ਕੇ ਦਾਰੂ ਨਾ ਪੀਆ ਕਰ। ਲੈ
ਦੇਖ ਲਿਆ ਘਰ ਨੂੰ, ਫੁੱਲ ਲੱਗਿਆ ਘਰ ਦੇ। ਉਹ ਮੇਰੀ ਗੱਲ ਸੁਣ ਲੈ, ਰੁਪਈਏ ਤੂੰ ਬਾਪੂ ਤੋਂ ਕਿਹੜੇ ਕੰਮ ਨੂੰ ਲੈਤੇ ਸੀ ਤੇ ਖਰਚੀ ਕਿੱਧਰ ਜਾਣਾ ਹੈਗਾ, ਕੰਮ ਕਰ ਲਿਆ ਕਰ, ਖੇਤ ਖੂਤ ਵਗ ਜਾਇਆ ਕਰ ਬਾਈ ਬਣ ਕੇ, ਦਿਨੇ ਨੀ ਕੋਈ ਪੀਂਦਾ ਹੁੰਦਾ ਦਾਰੂ। ਦਾਰੂ ਤੇਰੀ ਭਾਬੀ ਕਰਕੇ ਪੀਤੀ ਹੈ। ਕਿਉਂ? ਮੇਰੇ ਸਾਰੇ ਤੜਕੇ ਨਿਕਲ ਜੂ ਲੋਕਾਂ ਦੇ ਘਰੇ, ਹਵਾ ਕਿੱਥੇ ਜਲਦੀ ਆ ਯਾਰ। ਓਏ ਤੂੰ ਐ ਨਾ ਬੋਲਿਆ ਕਰ, ਤੈਨੂੰ ਪਹਿਲਾਂ ਕੀ ਕਹਿੰਦੇ ਸੀ ਅਸੀਂ, ਉਹ ਤਾਂ ਤੂੰ ਅੱਡ ਹੋ ਗਿਆ ਚੌੜਾ ਹੋ ਕੇ, ਤੇ ਹੁਣ ਤੂੰ ਕਹੀ ਜਾਂਦਾ ਉਹ ਤੇ ਇਲਜ਼ਾਮ ਲਾਉਣਾ ਹੈਗਾ ਵੀ ਉਹ ਬਾਹਰ ਵਗ ਜਾਂਦੇ, ਕੋਈ ਕੰਮ ਕਾਰ ਗਈ ਹੋਊਗੀ, ਐਵੇਂ ਨਾ ਬੋਲਿਆ ਕਰ ਐ ਤੂੰ। ਓਏ ਜਿੰਨਾ ਚਿਰ ਲੱਤ ਨੀ ਦੌੜਦਾ ਮੈਂ ਤਾਂ ਸਬਰ ਨੀ ਆਉਂਦਾ ਮੈਨੂੰ। ਓਏ ਬਾਈ ਬਣ ਕੇ ਨਾ ਦਾਰੂ ਨਾ ਪੀਆ ਕਰ, ਤੇਰੀ ਦਾਰੂ ਕਿਤੇ ਕੰਮ ਖਰਾਬ ਕਰ ਦੂਗੀ, ਨਾ ਇਹ ਗੱਲਾਂ ਕਰਿਆ ਕਰ। ਆਪਦੀ ਪੀਨਾ ਕਿਹੜਾ ਕਹਿ ਤੋ ਮੰਗ ਕੇ ਪੀਨਾ ਯਾਰ। ਉਹ ਪੀਨਾ ਤਾਂ ਹੈਗਾ, ਅਸੀਂ ਕਦੋਂ ਕਹਿੰਦੇ ਆ ਵੀ ਤੂੰ ਮੰਗ ਕੇ ਪੀਨਾ ਹੈਗਾ, ਐਂ ਕਹਿੰਦੇ ਆ ਵੀ ਨਾ ਪੀਆ ਕਰ। ਬਾਪੂ ਨੂੰ ਕਿਹਾ ਸੀ, ਬਾਪੂ ਨੂੰ ਦੇ ਕੇ ਗਿਆ ਪਊਆ ਮੈਨੂੰ। ਮੇਰੀ ਗੱਲ ਸੁਣ ਲਾ, ਕਾਹਨੂੰ ਲਲਕਰੇ ਮਰੀ ਜਾਂਦਾ, ਉਹੀ ਗੱਲ ਲੈ ਕੇ ਆਇਆ ਮੈਂ ਤੇਰਾ ਪਊਆ। ਬਾਪੂ ਨੇ ਕਿਹਾ ਸੀਗਾ ਵੀ ਉਹਨੂੰ ਦਾਰੂ ਫੜਾਇਆ ਤੇ, ਪਰ ਬਾਈ ਬਣ ਕੇ ਦੇਖ ਦਾਰੂ ਤੈਨੂੰ ਤਾਂ ਦੇਊਗਾ, ਬੋਲੀ ਨਾ ਤੂੰ ਬਾਦਾ ਦੇਖ, ਮਿੰਟ ਚ ਉੱਠ ਖੜਿਆ ਹੁਣ, ਲਿਆਂਦੀ ਆ ਲੈ ਫੜ, ਦੇਖ ਕੇ ਪੀ ਆਪਦੀ। ਏ ਕੌਣ ਲੈ ਕੇ ਆਇਆ? ਉਹ ਮੈਂ ਲੈ ਕੇ ਆਇਆ, ਹੋਰ ਕੌਣ ਲੈ ਕੇ ਆਇਆ? ਤੈਨੂੰ ਪਤਾ ਤੇਰੀਆਂ ਸਾਰੀਆਂ ਗੱਲਾਂ ਜਾਣਦਾ ਮੈਂ, ਤੂੰ ਦਾਰੂ ਚ ਜ਼ਹਿਰ ਜ਼ਹੂਰ ਤਾਂ ਨੀ ਪਾਤੀ? ਓਏ ਆਹੀ ਜੀਆਂ ਗੱਲਾਂ ਕਿਉਂ ਕਰਦਾ ਹੁੰਦਾ, ਮੇਰਾ ਭਰਾ ਹੈ ਤੂੰ, ਤੈਨੂੰ ਮਾਰਾਂਗੇ ਅਸੀਂ, ਉਹੀ ਕਮਲੀਆਂ ਗੱਲਾਂ ਫਿਰ ਤੇਰੀਆਂ। ਅਸੀਂ ਤਾਂ ਸਗਾਂ ਜੀ ਤੈਨੂੰ ਇਹ ਵੀ ਨੀ ਪਿਉਣਾ ਚਾਹੁੰਦੇ ਕੰਜਰਾ, ਇਹ ਵੀ ਜ਼ਹਿਰ ਹੈਗਾ, ਇਹ ਕਿਉਂ ਪੀਨਾ ਤੂੰ, ਛੱਡ ਦੇ ਇਹ। ਇਸੇ ਜ਼ਹਿਰ ਨੇ ਤਾਂ ਮੇਰੀ ਜਾਨ ਚ ਜਾਨ ਪਾਤੀ, ਇਹਦੇ ਨਾਲ ਕੀ ਹੋ ਯਾਰ, ਬੋਤਲ ਲਿਆਉਣ ਦਾ। ਬੋਤਲ ਕਾਹਨੂੰ, ਤੈਨੂੰ ਡੱਬਾ ਲਿਆ ਕੇ ਦੇਣਾ ਸੀ, ਜੇ ਪੀਣੀ ਆ ਪੀ ਲਾ, ਜੇ ਨਹੀਂ ਪੀਣੀ ਲਿਆ ਫੜਾ ਮੈਨੂੰ। ਵਾਪੀ ਫਿਰ ਤੂੰ ਵਾਜਾ ਕੰਮ ਕਰ ਲਾ ਉਹਦਾ। ਚੱਲ ਚੰਗਾ, ਮੈਂ ਤਾਂ ਜਾਣਾ ਹੈਗਾ ਪੀ ਕੇ, ਹੁਣ ਨਾ ਲੜੀ ਨਾ ਪੈ ਜੀ ਬਾਈ ਬਣ ਕੇ। ਚੰਗਾ ਆਹੋ, ਮੈਂ ਕਿਹਦੇ ਨਾਲ ਲੜਨਾ, ਲਾ ਇਹ ਵੀ ਮੈਨੂੰ ਮੱਤਾ ਦਿੰਦਾ ਵੇ, ਮੱਤਾ ਬਵਾ। ਕਾਲੀ ਵਾਲੀ ਆ ਓਏ। ਹਾਂਜੀ ਸਤਿ ਸ੍ਰੀ ਅਕਾਲ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ। ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਦਿੱਤੀ ਬੈਲ ਦੀ ਨਿਸ਼ਾਨੀ ਜ਼ਰੂਰ ਦਬਾਇਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ। ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ।